ਸਰਦਾਰ ਗੁਰਜਿੰਦਰ ਸਿੰਘ ਜੀ ਆਰਤੀਆ ਸਾਂਝੇ ਤੌਰ ਤੇ ਇਸ ਮੇਲੇ ਦਾ ਉਦਘਾਟਨ ਕਰਨ ਜਾ ਰਹੇ ਨੇ। ਨਾਲ ਸਾਡੇ ਦੋਮਣਾ ਜੋ ਉਧਰ ਹੀ ਜੱਜ ਨਿਯੁਕਤ ਕੀਤੇ ਨੇ ਦੰਦਾਂ ਦੇ। ਲਓ ਜੀ ਖੇਡ ਦਾ ਉਦਘਾਟਨ ਹੋਣ ਜਾ ਰਿਹਾ। ਖਿੱਚੋ ਰੀਬਨ ਨੂੰ ਥੋੜਾ ਜਿਹਾ ਫੋਟੋ ਤਰਾਂ ਨੂੰ ਦੇਖੀ ਜਾਂਦੇ, ਰੀਬਨ ਦਾ ਵੀ ਧਿਆਨ ਕਰੋ। ਹਾਂ ਮਾਰਦੇ ਤਾੜੀਆਂ ਮਿੱਤਰੋ, ਖੇਡ ਦਾ ਉਦਘਾਟਨ ਹੋ ਚੁੱਕਿਆ ਹੈ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਬੰਤਾ ਸਿੰਘ ਜੀ ਮੁੰਡੀਆਂ ਹਾਂ ਹਾਂ ਜੀ ਲਓ ਜੀ ਧਰਵਾਤੀਆਂ ਸਰਦਾਰ ਬੰਤਾ ਸਿੰਘ ਜੀ ਮੁੰਡੀਆਂ, ਸਰਦਾਰ ਗੁਰਜਿੰਦਰ ਸਿੰਘ ਜੀ ਆਰਤੀਆਂ ਮੁੰਡੀਆਂ, ਜਿਹਨਾਂ ਨੇ ਸਾਡੇ ਮੇਲੇ ਦਾ ਉਦਘਾਟਨ ਕੀਤਾ। ਆਪਦੀ ਨੇਕ ਕਮਾਈ ਵਿੱਚੋਂ ਬਤੌਰ ਸਹਾਇਤਾ ਸਾਡੇ ਮੇਲੇ ਵਾਸਤੇ 5100 ਰੁਪਇਆ ਦਿੰਦੇ ਹਾਂ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦੀ ਅਸੀਂ ਉਹਨਾਂ ਵੀਰਾਂ ਦੇ ਜਿਹੜੇ ਬਾਹਰ ਬੈਠੇ ਨੇ, ਜਿਵੇਂ ਬਹੁਤ ਸਤਿਕਾਰਯੋਗ ਸਾਡੇ ਹੈਪੀ ਮੁੰਡੀਆਂ ਹਰਸ਼ ਮੁੰਡੀਆਂ ਦੇ ਨਾਤੇ ਤੁਸੀਂ ਲੰਬੇ ਸਮੇਂ ਤੋਂ ਐਂਟਰੀ ਪੰਜਾਬ ਦੇ ਖੇਡ ਮੇਲਿਆਂ 'ਚ ਹਰਸ਼ ਦਾ ਨਾਂ ਕੁੱਲ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਅੱਜ ਵੀ ਲੋਕ ਗੱਲਾਂ ਕਰਦੇ ਆ, ਕਾਲੇ ਉਹਨਾਂ ਦੀਆਂ, ਪੀਲੇ ਉਹਨਾਂ ਦੀਆਂ, ਇਸ ਪਰਿਵਾਰ ਦੀਆਂ। ਸੋ ਧੰਨਵਾਦੀ ਹਾਂ ਅਸੀਂ ਇਸ ਪਰਿਵਾਰ ਦੇ ਹੈਪੀ ਮੁੰਡੀਆਂ ਜਿਨ੍ਹਾਂ ਨੇ ਇਹ ਨਗਰ ਦੇ ਸਹਿਯੋਗ ਨਾਲ, ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਹੈ। ਅਸੀਂ ਬਾਈ ਜੀਆਂ ਨੂੰ ਵੀ ਆਖਦੇ ਹਾਂ, ਬਾਈ ਗੁਰਦੇਵ ਸਿੰਘ ਰੁੜਕੀ, ਪਾਤ ਸਿੰਘ ਰੁੜਕੀ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਰਦਾਰ ਸੁੱਖ ਧਲੇਰ ਕਲਾਂ, ਬਾਈ ਛਿੰਦਾ ਦੁੰਬਣ, ਬੜੀ ਮਿਹਰਬਾਨੀ। ਸਰਦਾਰ ਬਾਈ ਜੀ ਇੱਕ ਮੇਰੀ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ ਮੇਰੀ, ਠੋਕਰਾਂ ਉਹੀ ਜਾਣ ਜੇ ਕਿਸੇ ਦੀ ਫਾਲਤੂ ਚਲੇ ਗਈ ਹੈ, ਪਰਾਂ ਮੋਟਰ ਹੈ, ਜਦੋਂ ਸ਼ਿਫਟ ਭੱਜ ਕੇ ਅੱਡੀ ਹੈ ਦੁੰਬਣਾਂ ਨੇ ਉੱਥੇ ਪਹੁੰਚਣਾ ਹੈ। ਜੇ ਕਿਸੇ ਦੀ ਠੋਕਰ ਖੜੀ ਹੋਈ 1100 ਰੁਪਇਆ ਲੈ ਕੇ ਛੱਡਣੇ ਆ ਉਹਨੇ। ਲਓ ਜੀ ਧੰਨਵਾਦੀ ਅਸੀਂ ਆਪਣੇ ਸਹਿਯੋਗੀ ਸੱਜਣਾਂ ਦੇ, ਸਰਦਾਰ ਹੈਪੀ USA। ਆ ਮੈਂ ਪਹਿਲਾਂ ਹੀ ਗੱਲ ਕਰੀ ਹੈ ਇਸ ਪਰਿਵਾਰ ਦੀ, ਮਿੱਤਰੋ ਮੋਟਰਸਾਈਕਲਾਂ ਨਾਲ ਵੀ ਖੇਡਾਂ ਕਰਾਈਆਂ, ਇਸ ਸਾਲ ਵੀ ਵਿਚਾਰ ਬਣਦੀ ਸੀ ਬਈ ਮੋਟਰਸਾਈਕਲ ਖੇਡ 'ਚ ਰੱਖਿਆ ਜਾਵੇ। ਮੈਂ ਕਿਹਾ ਮਹਾਂ ਛੋਟੇ ਵੀਰ ਇੱਦਾਂ ਰੌਲੇ ਵਾਲੀ ਗੱਲ ਹੋ ਜਾਂਦੀ, ਜਿਹੜਾ ਮੋਟਰਸਾਈਕਲ ਹੈ ਮਰਨ ਮਾਰਨੇ ਪਰ ਖੜਦਾ ਸਾਡਾ ਭਾਈਚਾਰਾ। ਸੋ ਵੱਡੇ ਨਾਮ ਦੇਵਾਂਗੇ, ਇੱਕ ਹੀ ਨਾਮ ਹੋਣਗੇ, ਘੱਟ ਤੋਂ ਘੱਟ 1100 ਰੁਪਇਆ 1000 ਰੁਪਇਆ 21ਵਾਂ ਨਾਮ ਹੋਊਗਾ। 42 ਟਰੋਫੀਆਂ ਹੋਣਗੀਆਂ, ਹਰ ਇੱਕ ਗੱਡੀ ਨੂੰ 2 ਟਰੋਫੀਆਂ ਦਿੱਤੀਆਂ ਜਾਣਗੀਆਂ। ਸੋ ਇਹ ਖੇਡ ਮਿੱਤਰੋ ਇੱਕ ਬਾਕੀ ਖੇਡਾਂ ਨਾਲੋਂ ਇੱਕ ਵੱਖਰਾ ਰੂਪ ਧਾਰਨ ਕਰੂਗੀ। ਅਸੀਂ ਧੰਨਵਾਦੀ ਹਾਂ ਸਰਦਾਰ ਸੁਖਵਿੰਦਰ ਸਿੰਘ ਸੁੱਖਾ USA, ਬਹੁਤ ਸਮਾਂ ਜਿਹਨਾਂ ਨੇ ਪੰਜਾਬ ਦੇ ਖੇਡ ਮੇਲਿਆਂ 'ਚ ਬਹੁਤ ਭਜਾਏਗੇ। ਇਹ ਹੈਪੀ ਮੁੰਡੀਆਂ, ਇਹਨਾਂ ਦੇ ਬਹੁਤ ਹਰਸ਼ ਉਹਨਾਂ ਦੇ ਸੁੱਕਾ ਜਾਂਦਾ ਰਿਹਾ ਵੀ ਬਾਹਰ ਪਹੁੰਚ ਗਿਆ। ਦੇਖੋ ਗਊ ਦੇ ਜਾਇਆਂ ਦੀ ਸੇਵਾ ਕਿੱਥੇ ਤੱਕ ਰੰਗ ਲਿਆਉਂਦੀਆਂ ਮਿੱਤਰੋ ਜ਼ਿੰਦਗੀ ਦੇ ਵਿੱਚ। ਸਰਦਾਰ ਗੁਰਜਿੰਦਰ ਸਿੰਘ ਆਰਤੀਆਂ ਮੁੰਡੀਆਂ ਮੋਰਿੰਡਾ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਰਦਾਰ ਬਿੱਟੂ ਧਮੋਟ, ਇਹ ਵੀ ਜਵਾਨ ਕੈਨੇਡਾ 'ਚ ਬੈਠਾ ਬਿੱਟੂ, ਸਾਡਾ ਭਾਈ ਪਿਛੋਕੜ ਪਿੰਡ ਵੀ ਹੈ। ਸਰਦਾਰ ਜੱਸੀ ਹੋਣੀ ਨੰਗਲਾ ਵੀ ਪਹੁੰਚੇ ਨੇ, ਧੰਨਵਾਦ ਕਰਦੇ। ਇੰਸਪੈਕਟਰ ਮਹਿੰਦਰ ਸਿੰਘ ਹੋਰਾਂ ਦੇ ਲਾਡਲੇ ਪੁੱਤਰ ਨੇ, ਵੱਡਾ ਪਿਆਰ ਤਾਂ ਮਿੱਤਰੋ ਇੰਸਪੈਕਟਰ ਮਹਿੰਦਰ ਸਿੰਘ ਹੋਰਾਂ ਨਾਲ ਨਹੀਂ ਰਹੇ ਦੁਨੀਆਂ 'ਚ, ਚਲੋ ਰਹਿਣਾ ਕਿਸੇ ਨੇ ਨਹੀਂ, ਪਰ ਆਪਾਂ ਯਾਦ ਕਿਉਂ ਕਰਦੇ ਹਾਂ, ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜੀ। ਸਰਦਾਰ ਹੈਪੀ ਮਹਿਤੋਤ USA, ਹੈਪੀ ਮਹਿਤੋਤ USA, ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ ਤਾਂ ਬਈ ਬਾਹਰ ਬੈਠੇ ਵੀਰੋ ਤੁਹਾਡਾ ਸਾਰਿਆਂ ਦੇ ਆ, ਜਿਵੇਂ ਸੁਲੱਖਣ ਸਿੰਘ ਸੋਢੀ UK ਕਿਸ਼ਨਪੁਰ ਦੁਆਬਾ, ਬਾਈ ਹਿੰਮਤ ਸਿੰਘ ਪੱਪੂ ਹੋਣੀ ਜਗਤਪੁਰੀਏ ਕੈਨੇਡਾ, ਸਰਦਾਰ ਸੰਦੀਪ ਸਿੰਘ ਮਹਿਲਪੁਰ, ਕਰਵੀਰ ਸਿੰਘ ਮਾਨਕਾ, ਸੰਦੀਪ ਸਿੰਘ ਬਾਲੀ ਪਲਾਹੀ, ਇਹ ਵੀ ਕੈਨੇਡਾ ਨਿਵਾਸੀ ਨੇ। ਸਰਦਾਰ ਜੀਵਨ ਸਿੰਘ ਜੀ ਜੰਡਾਲੀ ਵੀ ਪਹੁੰਚੇ ਨੇ ਜੀ, ਧੰਨਵਾਦ ਕਰਦੇ ਹਾਂ। ਚਾਹੇ ਕੈਨੇਡਾ 'ਚ ਬੈਠੇ ਨੇ ਪਰ ਮਿੱਤਰੋ ਸਾਡੇ ਖੇਡਾਂ ਨਾਲ ਜੁੜੇ ਨੇ, ਜਿਵੇਂ ਸ਼ੇਰਾ ਅੱਚਰਵਾਲ ਤੋਂ ਸ਼ਮਸ਼ੇਰ ਸਿੰਘ, ਸ਼ੇਰਾ ਅੱਚਰਵਾਲ ਗੜਵਾਨਾ ਦਾ ਮੋਟਰਸਾਈਕਲ ਤੱਕ ਮਾਨ ਸਨਮਾਨ ਕਰਿਆ ਉਹ ਜਵਾਨ ਨੇ। ਸੋ ਧੰਨਵਾਦ ਕਰਦੇ ਹਾਂ ਵੀ ਆਪਣੇ ਸ਼ੇਰੇ ਵੀਰ ਦਾ ਵੀ ਅੱਚਰਵਾਲ ਤੋਂ, ਉਹ ਬੜੀ ਮਿਹਰਬਾਨੀ, ਸੁੱਖਾ ਨਾਗਰਾ, ਗੋਲੂ ਯੋਧਾ, ਕਰਮਜੀਤ ਕੰਮਾ ਬਲਾਲਾ, ਇਹ ਸਾਰੇ ਕੈਨੇਡਾ 'ਚ ਮੁੰਡੇ ਬੈਠੇ ਹੈ ਖੇਡਾਂ ਮਿੱਤਰੋ, ਇੱਧਰ ਉਹਨਾਂ ਦੇ ਬਹੁਤ ਭੱਜਦੇ ਹੈ। ਬਾਈ ਦਰਸ਼ਨ ਸਿੰਘ ਘਰਾਚੋਂ ਵੀ ਪਹੁੰਚੇ ਨੇ, ਧੰਨਵਾਦ ਕਰਦੇ ਹਾਂ ਜੀ, ਬੜੀ ਮਿਹਰਬਾਨੀ, ਤੁਹਾਡਾ ਸਾਰਿਆਂ ਲਈ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਢੀਂਗੀ ਤੋਂ ਸਾਡੇ ਵੀਰ ਪਹੁੰਚੇ ਨੇ ਜੀ,
ਸਰਦਾਰ ਕਾਕਾ ਸਿੰਘ ਹੋਣੀ ਬੰਡਲਾ ਕੋਟਲਾ ਵੀ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਹ ਇੱਕ ਹੋਰ ਦੱਸ ਦੇਣਾ ਚਾਹੁੰਦਾ ਦਰਸ਼ਕ ਵੀਰੋ, ਇਹ ਲਾਈਵ ਹੈ ਖੇਡ, ਇਹਨੇ ਸੱਤ ਸਮੁੰਦਰ ਤੋਂ ਪਾਰ ਤੱਕ ਖੇਡ ਨੇ ਨਾਲ ਦੀ ਨਾਲ ਚੱਲਣਾ ਹੈ। ਸੋ ਦਰਸ਼ਕ ਵੀਰਾਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਹੈ, ਉਹ ਸਾਹਮਣੇ ਲਾਈਨ ਲਾ ਤੀ ਆਪਾਂ ਨੇ, ਉਹ ਚੂਨਾ ਲਾਇਆ ਹੋਇਆ, ਉਹ ਚੂਨੇ 'ਤੇ ਪਰੇ ਬੈਠਣਾ, ਇੱਧਰ ਵੀ ਦੇਖੋ ਚੂਨਾ ਜਿਹਾ ਗੇਰਿਆ, ਵੈਸੇ ਤਾਂ ਇੱਧਰ ਨਾ ਬੈਠਿਓ ਉੱਧਰੇ ਬੈਠਿਓ, ਤਾਂ ਕਿ ਤੁਸੀਂ ਮੂਵੀ ਦੇ ਵਿੱਚ ਵੀ ਨਾਲ ਦੀ ਨਾਲ ਤੁਹਾਨੂੰ ਵੀ ਸਾਡਾ ਵੀਰ ਕਵਰ ਕਰੂ, ਬਾਹਰਲੇ ਦੇਸ਼ਾਂ ਤੱਕ ਤੁਹਾਡੀਆਂ ਵੀ ਫੋਟੋਆਂ ਜਾਣ, ਫਿਰ ਇਹ ਸਵਾਦ ਹੁੰਦਾ ਮਿੱਤਰੋ, ਵਧੀਆ ਗੱਲ ਹੋਊਗੀ। ਸਰਦਾਰ ਤੇਜਾ ਸਗੋਨੀ, ਸਰਪੰਚ ਕੇਸਰ ਸਗੋਨੀ ਠੱਕਰਵਾਲ ਵੀ ਪਹੁੰਚੇ ਨੇ। ਸੋ ਦੰਦਾਂ 'ਤੇ ਸੇਵਾ ਕਰਨਗੇ ਬਾਈ ਸ਼ਿੰਦਾ ਦੁੰਮਣਾ, ਤੁਸੀਂ ਜਾਣਦੇ ਹੋ ਮਿੱਤਰੋ, ਕੋਈ ਰਾਜਸਥਾਨ ਦੀ ਹਰਿਆਣੇ ਦੀ ਮੰਡੀ ਨਹੀਂ ਜੱਟ ਨੇ ਛੱਡੀ, ਹਜ਼ਾਰਾਂ ਹੀ ਬੋਰਡ ਆ ਕੇ ਇਹਨਾਂ ਦਾ ਖਰੀਦਿਆ ਹੋਇਆ ਆਪਣੇ ਇਲਾਕੇ 'ਚ ਭੱਜਿਆ ਬੱਚਾ। ਸੋ ਬੇਨਤੀ ਹੈ ਦੰਦਾਂ 'ਤੇ ਚੈੱਕ ਕਰਨਗੇ, ਬਾਅਦ 'ਚ ਗੱਡੀਆਂ ਵੀ ਚੈੱਕ ਕਰਨਗੇ, ਜੇ ਕਿਸੇ ਦੀ ਗੱਡੀ ਫਾਲਤੂ ਖੜ੍ਹੀ ਰਹਿ ਗਈ 1100 ਰੁਪਇਆ ਲਏ ਬਿਨਾਂ ਨਹੀਂ ਦੇਣੀ ਉਹਨੇ, ਤਾਂ ਹੁਣ ਤੁਹਾਨੂੰ ਤੁਸੀਂ ਦੇ ਕੇ ਆਏ ਹੋ। ਇੱਕ ਪਿੰਡ ਵਾਲਾ ਹੀ ਸਾਥੀ ਖੜਾ ਹੀ ਖੜਾ, ਉਹ ਕਹਿੰਦੇ ਮੈਂ ਤਾਂ ਪਿੰਡ ਦਾ ਯਾਰ, ਉਹ ਕਹਿੰਦੇ ਵੀ ਗੱਡੀ ਤਾਂ ਤੇਰੀ ਹੈ, ਜੇ ਪਿੰਡ ਦਾ ਦੇ 1100, ਉਹ ਤੋਂ ਵੀ ਲਿਆ 1100। ਸੋ ਇਹ ਫੇਰ ਨਹੀਂ ਛੱਡਾਂਗੇ, ਪਹਿਲਾਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਜੇ ਕਿਸੇ ਦੀ ਖੜ੍ਹੀ ਹੈ ਉਹ ਪਰਾਂ ਮੋਟਰ ਹੈ, ਉਹ ਮੋਟਰ ਦੇ ਉੱਪਰ ਲੈ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਿੱਥੇ ਗੱਡੀਆਂ ਖੜ੍ਹੀਆਂ ਵਿੱਚ ਨਾ ਖੜ੍ਹੀ ਹੋਵੇ, ਧਿਆਨ ਰੱਖਿਓ ਇਸ ਗੱਲ ਦਾ। ਸਰਦਾਰ ਕਿੰਦੀ USA, ਕਿੰਦੀ ਬਈ ਛੋਟਾ ਵੀਰ ਹੈ ਸਾਡਾ USA ਤੋਂ, ਧੰਨਵਾਦ ਕਰਦੇ ਹਾਂ ਕਿੰਦੀ ਦਾ। ਮਿੱਤਰੋ ਇਹ ਪਰਿਵਾਰ ਦੀ ਗੱਲ ਕਰਦਾ ਮਿੱਤਰੋ, ਪਰਿਵਾਰ ਦੀ ਬਹੁਤ ਵੱਡੀ ਗੱਲ ਹੈ, ਦੇਣ ਹੈ। ਪਹਿਲੀ ਲਿਫਟ ਜਾਓ ਕੇ ਲਈਏ, ਲਓ ਜੀ ਪਹਿਲੀ ਸ਼ਿਫਟ ਵਾਲੇ ਵੀਰ, ਪਹਿਲੀ ਸ਼ਿਫਟ ਵਾਲੇ ਵੀਰ ਤਿਆਰੀ ਕਰੋ, ਨਾਲੇ ਸ਼ਰਤਾਂ ਸੁਣ ਲਓ ਇੱਕ ਮਿੰਟ ਦੇ ਵਿੱਚ ਵਿੱਚ। ਪਹਿਲੀ ਬੇਨਤੀ, ਕਿਸੇ ਵੀਰ ਨੇ 14-40 ਦੰਦ ਲਾਇਆ ਨਾ ਭਜਾਵੇ ਜੀ, 11,000 ਰੁਪਇਆ ਜੁਰਮਾਨਾ ਕਰਾਂਗੇ ਜੇ 40 ਦੰਦ ਫੜਿਆ ਗਿਆ। ਦੂਜੀ ਬੇਨਤੀ, ਝੰਡੀ ਦੇ 2 ਚਾਂਸ ਹੋਣਗੇ, ਜਿਹਨਾਂ ਦੀ 2 ਵਾਰ ਝੰਡੀ ਗਿਰ ਗਈ ਫਿਰ ਮੁੜ ਭੱਜਣ ਨਾ ਭੱਜਣ, ਦੂਜਾ ਚਾਂਸ ਵੀ ਕੀਲੇ ਦੇ ਅੰਦਰ, ਜੇ ਕੀਲਾ ਲੰਘ ਕੇ ਥੋੜ੍ਹੇ ਫਾਲ ਉਹਨੇ ਕੋਈ ਚਾਂਸ ਨਹੀਂ। ਤੀਜੀ ਬੇਨਤੀ, ਕਿਸੇ ਗੜਵਾਨ ਨੇ ਕੋਈ ਰਿੱਸਾ, ਕੋਈ ਪ੍ਰੈਣੀ, ਕੋਈ ਸੂਈ, ਕੋਈ ਆਰ ਲੁਕੋ ਕੇ ਨਹੀਂ ਵਰਤਣੀ, ਇਸ ਗੱਲ ਦਾ ਧਿਆਨ ਰੱਖਿਓ। ਜੇ ਫੜੇ ਜਾਂਦੇ ਹੋ ਗੜਵਾਨ 'ਤੇ ਕਾਰਵਾਈ ਹੋਊ, ਤੁਸੀਂ ਰੱਸਾ ਵੀ ਨਹੀਂ ਮਾਰ ਸਕਦੇ ਆਪਣੇ ਬੱਚੇ ਦੇ, ਔਰ ਬੱਚਿਆਂ ਨੂੰ ਸਕ੍ਰੈਚ ਕਰਾਂਗੇ। 3 ਸ਼ਿਫਟਾਂ 'ਚ ਖੇਡ ਭੱਜੂਗੀ, ਸਮਾਂ ਮਿਲ ਗਿਆ ਚੌਥੀ ਕਰਾਂਗੇ, ਨਾ ਮਿਲਿਆ 3 'ਚ ਖੇਡਾਂ ਦਾ ਜਿਹੜਾ ਜਮੇਲਾ ਹੈ ਇਹ ਸਮਾਪਤ ਕਰਦੇ ਹਾਂ। ਕਿਵੇਂ ਇਹ ਜਗਿੰਦਰ ਸਵਰਾ ਦੀ ਯਾਦ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਇਹ ਦੌੜਾਂ ਕਰਵਾਉਣ ਜਾ ਰਹੇ ਹਾਂ। ਪਹਿਲੀ ਸ਼ਿਫਟ ਵਾਲੇ ਆਪਣੀ ਗੱਡੀਆਂ ਲੈ ਕੇ ਲੰਘ ਜਾਓ। ਲਓ ਜੀ ਦਲਜੀਤ ਸਿੰਘ ਭਮਾ ਕਹਿੰਦਾ, ਇਹ ਵੀ ਸਾਡੇ ਜਰਾਈ ਨੇ ਮਿੱਤਰੋ, ਬੜੇ ਦੁੱਖ ਦੀ ਗੱਲ ਹੈ, ਇਹਨਾਂ ਦੇ ਇੱਕ ਮਾਫ਼ੀ ਵੀ ਚਾਹੁੰਦੇ ਹਾਂ ਵੀ ਪੁੱਤਰ ਭੋਗਤਾ ਸਾਡੇ ਮਾਸੜ ਜੀ ਉਦੋਂ ਚਲਾਉਣਾ ਕਰਕੇ ਕਈ ਗੱਲਾਂ ਨਾਲ ਦੁੱਖ ਹੋ ਜਾਂਦਾ ਹੈ। ਇਹ 2000 ਰੁਪਇਆ ਲਿਖ ਕਰਕੇ ਦਲਜੀਤ ਸਿੰਘ ਭਮਾ ਕਹਿੰਦਾ, ਇਹ ਲਿਖਣਾ ਨਾਲ ਦੀ ਨਾਲ ਦਲਜੀਤ ਸਿੰਘ ਭਮਾ ਆਪਣੇ ਧਿਆਨ ਰੱਖਣਾ, ਫਿਰ ਬੋਲ ਵੀ ਦੇਵਾਂਗੇ। ਸਾਡੇ ਕਿੰਦੀ ਛੋਟਾ ਵੀਰ ਬਹੁਤ ਵੱਡਾ ਸਹਿਯੋਗ, ਹੈਪੀ ਮੁੰਡੀਆਂ ਹਰਸ਼ ਮੁੰਡੀਆਂ, ਵਾਹ ਹਰਸ਼ ਨੈਰਿਕਸਾ ਸੂਰਮਿਆ, ਹੁਣ ਤਾਂ ਵੀ ਕਾਫ਼ੀ ਘਬਰੀਟ ਹੋ ਗਿਆ ਉਹਨਾਂ ਸੁੱਖ ਨਾਲ, ਜਾਂ ਤਾਂ ਬਹੁਤ ਛੋਟਾ ਜਾ ਤਾ ਜਦੋਂ ਆਪਣੇ ਕਾਲੇ ਉਹਨਾਂ ਦੀ ਚੜ੍ਹਾਈ 'ਤੇ ਲਗਾਤਾਰ 7 ਸੀਜ਼ਨ ਉਸ ਬੋਲ ਨੇ ਪੰਜਾਬ ਦੇ ਵਿੱਚ, ਅੱਜ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਗਊ ਦੇ ਜਾਏ ਦੇ, ਅਜਾ ਵੀ ਉਸ ਪਰਿਵਾਰ ਦੀ ਐਡੀ ਸਾਂਭ ਹੈ, ਬੱਚਾ ਬਣਾਇਆ ਪਿਆ ਹੈ। ਸਰਦਾਰ ਸੁਖਵਿੰਦਰ ਸਿੰਘ ਸੁੱਖਾ USA, ਸਰਦਾਰ ਕੁਲਵਿੰਦਰ ਕਿੰਦੀ ਸਾਡਾ ਛੋਟਾ ਵੀਰ USA, ਸਰਦਾਰ ਗੁਰਜਿੰਦਰ ਸਿੰਘ ਆੜ੍ਹਤੀਆਂ ਮੁੰਡੀਆਂ, ਸਰਦਾਰ ਬਿੱਟੂ ਧਮੋਟ ਕਨੇਡਾ, ਸਰਦਾਰ ਹੈਪੀ ਮਹਿਤੋ USA, ਇਹ ਮਿੱਤਰ ਉਹਨੇ ਹੈਪੀ ਪਿਛਲੇ ਸਾਲ ਆਪਣੀ ਖੇਡ 'ਚ ਪਹੁੰਚੇ ਹੋਏ ਤੇ। ਸੋ ਧੰਨਵਾਦ ਕਰਦੇ ਹਾਂ ਮਿੱਤਰੋ ਤੁਹਾਡਾ, ਸਾਰੇ ਕਨੇਡਾ 'ਚ ਬੈਠੇ, ਚਾਹੇ ਅਮਰੀਕਾ 'ਚ ਬੈਠੇ ਹੋ, ਕਿਸੇ ਵੀ ਦੇਸ਼ 'ਚ ਬੈਠੇ ਹੋ, ਜਿਨ੍ਹਾਂ ਦੇ ਇੱਧਰ ਬੱਚੇ ਬੋਰਡ ਭੱਜਦੇ ਹੈ, ਉਹਨਾਂ ਸਾਰਿਆਂ ਦਾ ਧੰਨਵਾਦ। ਕਈ ਦੇ ਵਿੱਚ ਗਲਤੀ ਨਾਲ ਵੀ ਨਾਂ ਵੀ ਰਹਿ ਜਾਂਦੇ, ਮਾਫ਼ੀ ਚਾਹੂੰਗਾ, ਮੈਂ ਕੋਸ਼ਿਸ਼ ਕਰਾਂਗੇ ਦੁਬਾਰਾ ਫਿਰ ਬਈ ਸਾਰਿਆਂ ਦੇ ਇੱਕ ਵਾਰੀ ਤੁਹਾਡੇ ਨਾਂ ਜ਼ਰੂਰ ਬੋਲੇ ਜਾਣ, ਜਿਹੜੇ ਬਾਹਰ ਬਹਿ ਕੇ ਵੀ ਖੇਡਾਂ ਇੱਧਰ ਬੋਲ ਪੁਜਾ ਰਹੇ ਹੈ। ਲਓ ਜੀ ਪਹਿਲੀ ਸ਼ਿਫਟ ਵਾਲੇ ਵੀਰ, ਲਓ ਜੀ ਪਹਿਲੀ ਸ਼ਿਫਟ 'ਚ ਸਰਦਾਰ ਪਿੰਦਰ ਸਿੰਘ ਪਿੰਡ ਬੱਸੀਆਂ।
हाँ दूर खड़ा दो, दूर खड़ा दो, कोई इतराज नहीं, बिच ना हो पर मोटर हूँ लिजाए भी ना हले हूँ बच्चे भेजते हैं। सरदार पिंदर बसिया, सरदार दलजीत सिंह भुमाकल, कल इन्होंने पहला नंबर करे सरपंच नरेंद्र सिंह काईनौर के नाल कट्ठे बोर्ड भज के दलजीत सिंह भुमाकल अज साड़ी खेड वास्ते 2000 रुपया भी दिने, असं उन्हों का तहत धन्यवाद करते हैं। सरदार छेर सिंह मीमसा दो साल पहला कोट गंगू राय की खेड से इन्हें भरा गुरदीप सिंह करंट लगन नाल मित्रों सदा लई छड्ड के तुर गए सानू, उन्होंने भरा ने छेर सिंह मीमसा, सिमरन डढ़ेड़ी, साधु सिंह काला चाड़, महेंद्र सिंह जरगड़ी ड्राइवर ए बी, महेंद्र सिंह ड्राइवर जरगड़ी बी। सो इन भीर बेनती है जे कोई होर एंट्री करा चुका है आपकी जोड़ी लगे लंघ जाने जी, असी जी आए भी आखते हैं। सरदार पिंदर बसिया, बसिया तो जिन्हें साथी खेल नाल जुड़े ने असी सारियां जी आए आखते हैं। सरदार दलजीत सिंह भुमाकल जिन्होंने 2000 रुपया भी साढ़े मेले में दिता है उन्होंने भी जी आए आखते हैं। सरदार छेर सिंह मीमसा, मीमसा वाले थानू भी जी आए आखते हैं। सिमरन डढ़ेड़ी, डढ़ेड़ी वाले महा सिंह डढ़ेड़ी उन्हें भी जिन्हें घोड़ियां भजदियाँ बड़ा प्यार सत्कार है। तो साधु सिंह जी काला चाड़, ये बाबा अमरप्रीत चन्नों के नेड़े पिंड है काला चाड़, काले चाड़ वाले थानू भी जी आए आखते हैं। ड्राइवर महेंद्र सिंह जरगड़ी, जरगड़ी तो आए सारे साथियों जी आए हैं जी, पहले छोटे जीरो करो कृपा लंघो आप जोड़ियां लेके, वाह जी वाह, धन्यवाद जी, बड़ी मेहरबानी। पहुंचा पंजाब तो साथी साढ़े पित्रों ने सुखा नागरा गोली योद्धा सरदार जग्गी जरगड़ी जस्से उन्हें धन्यवाद भी, बड़ी मेहरबानी। गुरदीप खुरद धन्यवाद भी, गुरदीप खुरद शेर मीमसा, सरदार सुखा सुख धलेर कला, सरदार सुरजीत सिंह खेड़ी शिंदर खेड़ी, सरदार नीटा समराला सारियां का धन्यवाद, बड़ी मेहरबानी। सरदार जोगा सिंह उन्नी मुकड़ौना उन्हों का भी धन्यवाद करते हैं भी, बड़ी मेहरबानी। भीरे उन्नी चार बजरे तो उन्हों का भी धन्यवाद करते हैं। भाई माफी चाहते हैं, ये जरा दलजीत सिंह भुमाकल वालों माया आई है 2000 रुपया, ये बैल दड़ा कमेटी, भाई मैं थोड़ा पैर बेनती कर देनी चाहना है, ये 24 तरीक नूं अपनी तरीक लगी हुई है सुप्रीम कोर्ट के, अपन कोई 4 लाख के करीब रुपया चाहिए है, लख सवा लख रुपया कमेटी को है, बाकी माया इकट्ठी करनी है, ये उन्होंने वास्ते दिता इन्होंने, थोड़ा बेनती है बाकी भीर भी बी माया आपके हिसाब न स्टेज पर दे जायो अपने नाम लिखाई जायो, परचिया थोड़ू पक्या अगली खेड से कट के दे देंगे। सो इस करके बेनती है बे कृपा कर दो बी अज कर दो कृपा जरूर, माया दिल खोल के दो, कोई बह फड़ने वाला चाहिए अपना भी, जे कोई बह फड़ने वाला ना रहा औखे हो जाऊंगे अपना औखे। ये मगर रहना भाई आ जी लाइन लगी है ताकि साढ़े जे मूवी वाले वीर ने जिन्होंने रिकॉर्डिंग करनी है लाइव प्रोग्राम है, ये कैमरे बहरले मुल्क तक अपनी खेड पहुँचाएंगे नाल दी नाल, सो इस गल का ध्यान रखियो भी लाइन तो पिछे खड़ना, हथ बन के बेनती है साड़ी सहयोग दौ। सरदार साधु सिंह होनी काले झाड़ तो बड़ी मेहरबानी, पहली शिफ्ट है जी समा 10 मिनट का, हर एक शिफ्ट में घड़ी के नाल 10 मिनट दिए जाएंगे, 10 मिनट तो बाद गड्डी नहीं लंघन देवे, 3 शिफ्टां दे विच खेड़ पजावांगे। हाँ जी सरदार बचन सिंह सेड़ी, भीमा सेड़ी नहीं रहे साडे मित्रों ना, बचन सिंह है बेचारे ना भीमा है, उन्होंने परिवार के मैंबर भी पहुंचे ने, कोकी उन्हें पहुंचे ने भाई बारे उन्हीं पहुंचे ने, धन्यवाद उस पार्टी का भी, बड़ी मेहरबानी। कुल्ला मुकड़ौना माणा मकसूदड़ा ये गड़वान भी पहुंचे ने, धन्यवाद करते हैं, खेड गड़वाना नाल है भाई मेला बना रहे हैं अपने रेहड़ी वाले वीर, आ जिहड़ियां रेहड़ियां लाई खड़े पिछा चाहे
ਮੁੱਖਪੜੀ ਦੀ ਹੈ, ਚਾਹ ਦੀ ਹੈ, ਪਕੌੜਿਆਂ ਦੀ ਹੈ, ਕੋਈ ਰਸੇ ਵੇਚਦਾ, ਚੁੱਕਣੀਆਂ ਵੇਚਦਾ, ਇਹ ਇਹ ਮੇਲਾ ਬਣਾ ਦਿੰਦੇ ਮਿੱਤਰੋ, ਮੇਲਾ ਫਿਰ ਬਣਦਾ ਹੈ। ਕਾਗਜ਼ ਦੇ ਉੱਪਰ ਪਕੌੜੇ ਪਾਏ ਹੋਣ, ਗਰਦ ਉੜਦੀ ਹੋਵੇ, ਧੂੜ ਉੜਦੀ ਹੋਵੇ, ਬੰਦਾ ਉਹਦੇ ਧੂੜ ਦੇ ਵਿੱਚ ਪਕੌੜੇ ਛਕਦਾ ਹੋਵੇ ਖੜਾ, ਫਿਰ ਮੇਲਾ, ਉਹਨੂੰ ਮੇਲਾ ਕਹਿੰਦੇ ਆਪਾਂ। ਲਓ ਥੋੜ੍ਹੇ ਸਮੇਂ 'ਚ ਖੇਡ ਕਰਦੇ ਸ਼ੁਰੂ। ਸਿਆਣੇ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਦੇ ਮਾਲਕ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਆਓ ਆਪਣੇ ਸਤਿਗੁਰਾਂ ਨੂੰ ਯਾਦ ਕਰਦੇ ਹੋਏ, ਦਰਸ਼ਕ ਵੀਰੋ, ਗੁਣਵਾਨ ਵੀਰੋ, ਬੱਚੇ ਦੜਾ ਵੀਰੋ, ਬੇਨਤੀ ਹੈ ਥੋੜ੍ਹੇ ਸਮੇਂ ਵਾਸਤੇ ਆਪਦਾ ਧਿਆਨ ਆਪਦੇ ਮਾਲਕ ਦੇ ਚਰਨਾਂ ਨਾਲ ਜੋੜੋ, ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਬੱਚੇ ਦੇ, ਕਿਸੇ ਗੁਣਵਾਨ ਦੇ, ਕਿਸੇ ਦਰਸ਼ਕ ਵੀਰ ਦੇ ਜਾਂ ਸਾਡੇ ਵਲੰਟੀਅਰ ਵੀਰ ਦੇ ਕੋਈ ਸੱਟ ਪੇਟ ਨਾ ਲੱਗੇ। ਲਓ ਜੀ, ਸਰਦਾਰ ਬਲਦੇਵ ਸਿੰਘ ਹੋਣੀ, ਸਰਦਾਰ ਭਿੰਦੀ ਹੋਣੀ ਵਿਦੇਸ਼ਾਂ ਤੋਂ, ਬਾਈ ਹਰਚੰਦ ਸਿੰਘ ਗੱਡੀਆਂ ਦੇ ਬਾਬਾ ਬੋੜ ਅਮਰਾਲਾ, ਉਹ ਵੀ ਪਹੁੰਚੇ ਨੇ ਜੀ, ਧੰਨਵਾਦ ਕਰਦੇ ਹਾਂ। ਸਰਦਾਰ ਗੋੜੇ ਹੋਣੀ ਥੇੜੀ ਵਾਲੇ, ਉਹ ਵੀ ਪਹੁੰਚੇ ਨੇ, ਬੜੀ ਮਿਹਰਬਾਨੀ। ਬਾਈ ਦਲਜੀਤ ਸਿੰਘ ਹੋਣੀ ਝੋਰੜਾ ਰੌਲਦੂ ਖਾਂ ਹੋਣੀ ਕੈਦੋਂ, ਉਹ ਵੀ ਪਹੁੰਚੇ ਨੇ, ਧੰਨਵਾਦ ਕਰਦੇ ਹਾਂ, ਵੀ ਬੜੀ ਮਿਹਰਬਾਨੀ। ਵਾਹ ਜੀ ਵਾਹ, ਲਾਲੀ ਬੜੌਲੀ, ਕਹਿੰਦੀ ਬੜੌਲੀ, ਬਈ ਧੰਨਵਾਦ ਵੀਰੂ, ਤੁਹਾਡੀ ਵੀ ਮਿਹਰਬਾਨੀ, ਖੇਡ ਚਾਉਣ 'ਤੇ ਧੰਨਵਾਦ। ਲਓ ਜੀ, ਕਰੋ ਆਪਣੇ ਮਾਲਕ ਨੂੰ ਯਾਦ, ਸੱਚੇ ਪਾਤਸ਼ਾਹ ਨੂੰ, ਆਓ ਆਪਣੇ ਸਤਿਗੁਰਾਂ ਨੂੰ ਯਾਦ ਕਰਦੇ ਹੋਏ। ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਅੱਜ ਫਿਰ ਸਾਨੂੰ ਲਲਕਾਰਦੇ ਨੇ, ਬਾਜਾਂ ਵਾਲਿਆ ਬਾਜ ਨੂੰ ਘੱਲ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਲਓ ਜੀ, ਸਾਡੇ ਵੀਰ ਨੀਲੂ ਹੋਣੀ ਰੰਗੀਆਂ, ਗੋਪਾਲਪੁਰ ਰੰਗੀਆਂ, ਇੱਕ ਤਾਂ ਆਪਣੇ ਕੋਲੇ ਹੈ, ਇਹ ਭਾਈ ਡੇਲੋ ਦੇ ਭਰੇ ਆ ਰੰਗੀਆਂ, ਇਹ ਉੱਥੋਂ ਜਵਾਨ ਪਹੁੰਚੇ ਨੇ, ਧੰਨਵਾਦ ਕਰਦੇ ਹਾਂ। ਸਾਡੇ ਕੁਲਜੀਤ ਹੋਣੀ ਦਤਾਲੀਏ ਵੀ ਪਹੁੰਚੇ ਨੇ, ਧੰਨਵਾਦ ਜੀ ਬਈ, ਬੜੀ ਮਿਹਰਬਾਨੀ। ਸਾਡੇ ਸੁਰਜੀਤ ਰਾਮਾ ਬੜੇ ਵਧੀਆ ਗੜਵਾਨ ਨੇ, ਉਹ ਵੀ ਪਹੁੰਚੇ ਨੇ, ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਹਾਂਜੀ, ਲਓ ਜੀ, ਸਾਡੇ ਪਰਮ ਮਿੱਤਰ ਜਟਾਣੇ ਤੋਂ ਸਮੁੱਚੀ ਟੀਮ ਜਿੰਨੀ ਪਹੁੰਚੀ ਹੈ, ਸਾਰਿਆਂ ਦਾ ਧੰਨਵਾਦ ਜਟਾਣੇ ਵਾਲਿਆਂ ਦਾ, ਬੜੀ ਤੁਹਾਡੀ ਮਿਹਰਬਾਨੀ। ਆਓ ਆਪਣੇ ਸਤਿਗੁਰਾਂ ਨੂੰ ਕਰਦੇ ਹਾਂ, ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਅੱਜ ਫਿਰ ਸਾਨੂੰ ਲਲਕਾਰਦੇ ਨੇ, ਬਾਜਾਂ ਵਾਲਿਆ ਬਾਜ ਨੂੰ ਘੱਲ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਸਾਡੇ ਪਿਤਾ ਨੇ ਧਰਮ ਲਈ ਸੀਸ ਦਿੱਤਾ, ਆਪਾਂ ਪੈਰ ਨਹੀਂ ਗੈਰ ਨੂੰ ਪਾਉਣ ਦੇਣਾ, ਪੈਰ ਪੈਰ 'ਤੇ ਦਿਆਂਗੇ ਸੀਸ ਆਪਣਾ, ਚੱਪਾ ਧਰਤੀ ਦਾ ਥੋੜ੍ਹੀ ਜਾਣ ਦੇਣਾ। ਚਾਰੇ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਫਿਰ ਵੀ ਮੇਰੇ ਮਾਲਕ ਨੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ। ਆਓ ਆਪਣੇ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹੋਏ, ਅੱਜ ਇਹ ਮੁੰਡਿਆਂ ਦੀ ਖੇਡ ਕਰਦੇ ਹਾਂ ਸ਼ੁਰੂ। ਮੈਂ ਮੇਲਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਨਗਰ ਮੁੰਡਿਆਂ ਦੇ ਵਿੱਚ ਜਿੰਨੀਆਂ ਵੀ ਪੂਜਣਯੋਗ ਸੰਸਥਾਵਾਂ ਨੇ, ਮੈਂ ਸਾਰਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ। ਸਾਡੇ ਇਸ ਨਗਰ ਦੇ ਵਿੱਚ, ਮੁੰਡਿਆਂ ਦੇ ਵਿੱਚ ਜਿੰਨੀਆਂ ਵੀ ਪੂਜਣਯੋਗ ਸੰਸਥਾਵਾਂ ਨੇ, ਮੈਂ ਅੱਜ ਦੀ ਇਹ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ, ਫਿਰ ਅੱਜ ਦਾ ਮੇਲਾ ਭਾਈ ਸ਼ੁਰੂ ਕਰਦਾ। ਲਓ ਜੀ, ਤਿਆਰੀ ਹੈ ਸਾਡੇ ਵੱਲੋਂ, ਆ ਜੋੜੀਆਂ ਜਿਹੜੇ ਨੇੜੇ ਆਉਂਦੀਆਂ, ਲੰਘ ਜਾਣ। ਸਰਦਾਰ ਜਗਵੀਰ ਸਿੰਘ ਹੋਣੀ ਨਾਰੰਗਬਾੜ ਤੋਂ ਵੀ ਪਹੁੰਚੇ ਨੇ ਜੀ, ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਵਾਹ ਜੀ ਵਾਹ, ਪ੍ਰਗਟ ਹੋਣੀ ਨੌ ਇਉਂ ਤੋਂ ਸਮੁੱਚੀ ਪਾਰਟੀ ਦਾ ਹੀ ਧੰਨਵਾਦ, ਬੜੀ ਮਿਹਰਬਾਨੀ। ਮਾਨਕੋ ਨਿਗੋਹ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਪਾਕਤਾ ਸਾਹਿਬ ਆਪ ਨੇ ਬਹੁਤ ਵਧੀਆ ਲਾਈਨਾਂ ਵਿੱਚ ਲਿਖਿਆ ਹੈ, ਊੜਾ ਕਹੇ ਓਂਕਾਰ ਦਾ ਜਾਪ ਕਰੀਏ, ਪਰਮ ਜੋਤ ਕਾ ਧਿਆਨ ਲਗਾ ਕੇ ਜੀ, ਜਿਹਨੇ ਕੁੱਲ ਸ੍ਰਿਸ਼ਟੀ ਦਾ ਖੇਲ ਰਚਿਆ, ਰੂਹਾਂ ਇੱਕ ਤੇ ਅਣਖ ਬਣਾ ਕੇ ਜੀ, ਦੇਖ ਦੇਖ ਤਮਾਸਿਆਂ ਨੂੰ ਖੁਸ਼ੀ ਹੁੰਦਾ ਹੈ, ਸੋਹਣਾ ਰੰਗਲਾ ਬਾਗ ਸਜਾ ਕੇ ਜੀ, ਰੋਜੀ ਕੁੱਲ ਜਹਾਨ ਨੂੰ ਦੇ ਰਿਹਾ ਹੈ, ਜੀਆ ਜੰਤਵਾ ਬੈਠਾ ਸਮਾ ਕੇ ਜੀ, ਜੈਸੇ ਮਹਿੰਦੀ ਮੈਂ ਲਾਲੀ ਪ੍ਰਵੇਸ਼ ਕਰ ਗਈ, ਗੂੜਾ ਰੰਗ ਮੁਲਾਇਮ ਦਿਖਾ ਕੇ ਜੀ, ਐਸੀ ਤੱਕ ਪ੍ਰਵੇਸ਼ ਹੈ ਬੰਦਿਆਂ ਵਾਂ, ਤੌਰ ਬੋਲਦਾ ਹੈ ਰਾਮ ਕਹਾ ਕੇ ਜੀ, ਬਰਮ ਜੋਤ ਸਰੂਪ ਹੈ ਦੇਵਤਿਆਂ ਦਾ, ਚੰਦ ਸੂਰਜ ਨੂੰ ਦੇਖੋ ਜਮਾ ਕੇ ਜੀ, ਆਸਾ ਰਾਮ ਕਹਿੰਦਾ ਮੋਤੀ ਚੁਗਣੇ ਨੂੰ ਤੈਨੂੰ ਘੱਲਿਆ ਹੰਸ ਬਣਾ ਕੇ ਜੀ। ਮਿੱਤਰੋ ਬੁਰਾ ਨਾ ਮੰਨਿਓ, ਉਸ ਮਾਲਕ ਨੇ ਇਹ ਦੁਨੀਆਂ ਦੇ ਵਿੱਚ ਆਪਾਂ ਨੂੰ ਹੰਸ ਬਣਾ ਕੇ ਘੱਲਿਆ ਹੈ, ਪਰ ਆਪਾਂ ਕੌਮ ਬਣ ਕੇ ਨਹੀਂ ਰਹੇ, ਮਾਲਕ ਦੇ ਕੀਤੇ ਸਾਧੇ ਵਾਦੇ ਭੁੱਲ ਗਏ। ਆਓ ਜਦੋਂ ਖੇਡ ਦੇ ਨਾਲ ਖੇਡ ਕਰਦੇ ਹਾਂ ਸ਼ੁਰੂ, ਕਰਿਓ ਮਿੱਤਰੋ ਰਾਹ ਖਾਲੀ, ਬਾਈ ਬਾਹਰ ਹੋ ਜਾ ਤੂੰ ਵੀਰ, ਹੈਲੋ, ਉਹ ਵੱਟ ਦੇ ਬਾਹਰ ਹੋ ਜਾ ਵੀਰ, ਅਭੀ ਹੋ ਜਾ ਬਾਹਰ ਰਾਹ 'ਤੇ।
ਉਹ ਜੋ ਮੇਰੇ ਵੀਰ ਬਣ ਕੇ ਉਹ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਦਰਸ਼ਕ ਵੀਰ ਬੱਚੇ ਵਿਲਾਗ ਵੀਰ ਜਾਂ ਗੜਵਾਨ ਵੀਰ ਜੁੜੇ ਹੋ ਤੁਹਾਡਾ ਸਭ ਦਾ ਧੰਨਵਾਦ ਚਲੋ ਵੀ ਚਲੋ ਲੇਟ ਆ ਤੁਸੀਂ ਯਾਰ ਗਲਤ ਪੜ ਗਏ ਬੱਚੇ ਹੁਣ ਨਾ ਕੋਈ ਬੱਚਾ ਆਵੇ ਵੀ ਹੁਣ ਕੋਈ ਜੋੜੀ ਨਾ ਆਵੇ ਬੱਚਿਆਂ ਦੀ ਇਹ ਬੱਚੇ ਵੀ ਗਲਤ ਪੜ ਗਏ ਚਲੋ ਹੁਣ ਮੋੜਨੇ ਨਹੀਂ ਪਹਿਲੀ ਸ਼ਿਫਟ ਕਰਕੇ ਤਿਆਰ ਰੱਖਿਓ ਗਾਹਾਂ ਤੋਂ ਦਸ ਮਿੰਟ ਤੁਹਾਨੂੰ ਬੰਨਵੇਂ ਦਿੱਤੇ ਤਿੰਨ ਸ਼ਿਫਟਾਂ 'ਚ ਭਜਾਉਣੀ ਹੈ ਸਮਾਂ ਬਚ ਕੇ ਚਾਰ ਕਰਾਂਗੇ ਨਹੀਂ ਤਿੰਨ ਦੇ ਵਿੱਚ ਖੇਡ ਸਮਾਪਤ ਕਰ ਦਾਂਗੇ ਇਹ ਰੰਗਲੀ ਦੁਨੀਆ ਮਿੱਤਰੋ ਰੰਗਲੀ ਵਾਹ ਜੇਰੋ ਇਹ ਤਾਂ ਖੇਡ ਨੇ ਭਰਨਾ ਹੀ ਸ਼ੁਰੂਆਤ ਹੈ ਬਹੁਤ ਵੱਡੇ ਇਕੱਠ 'ਚ ਮੇਲੇ ਨੇ ਹੋਣਾ ਹੈ ਬੜੀ ਬਹੁਤ ਦੂਰ ਤੇ ਜਾ ਮੈਨੂੰ ਆਹ ਥੋੜ੍ਹੇ ਸਮਾਂ ਪਹਿਲਾਂ ਫੋਨ ਆਇਆ ਤਾਂ ਕਹਿੰਦੇ ਜੀ ਅਸੀਂ ਜਰਗ ਦੇ ਨੇੜੇ ਮਾਲ ਤਾਂ ਭਾਈ ਬਹੁਤ ਦੂਰ ਹੈ ਤੁਸੀਂ ਜਰਗ ਤਾਂ ਬਹੁਤ ਦੂਰ ਹੈ ਸੱਤੇ ਦੱਬੀਆਂ ਉਹ ਸੋ ਸਭ ਨੇ ਪਹੁੰਚ ਜਾਣਾ ਹੌਲੀ ਤੁਸੀਂ ਜਿਹੜੇ ਪਹੁੰਚੇ ਹੋਏ ਆਪਦੇ ਹਿੰਮਤ ਨਾਲ ਭਜਾ ਦਿਓ ਬਾਕੀ ਭਾਈ ਸਤਿ ਸ਼੍ਰੀ ਅਕਾਲ ਜੀ ਵਾਹ ਬਾਈ ਵਾਹ ਸਰਦਾਰ ਬਹਾਦਰ ਸਿੰਘ ਹੋਣੀ ਆਉਣ ਤੋਂ ਸਰਦਾਰ ਮੱਲ ਸਿੰਘ ਹੋਣੀ ਮਕਸੂਦੜਾ ਮਕਸੂਦੜੇ ਵਾਲੇ ਵੀ ਸਾਥੀ ਪਹੁੰਚੇ ਹੈ ਧੰਨਵਾਦ ਕਰਦੇ ਹਾਂ ਬੜੀ ਮਿਹਰਬਾਨੀ ਲਓ ਜੀ ਸ਼ੁਰੂ ਕਰਨ ਲੱਗੇ ਹਾਂ ਖੇਡ ਕੱਲ੍ਹ ਨੂੰ 22 ਤਰੀਕ ਨੂੰ ਵੀ ਦੱਲਣ ਵਾਲ ਬਾਲ ਭੱਜਣੇ ਨੋਟ ਕਰ ਲਿਓ 22 ਤਰੀਕ ਨੂੰ ਪਿੰਡ ਦੱਲਣ ਵਾਲ ਜੇ ਅੱਜ ਵੀ ਬੇਨਤੀ ਹੈ ਮੇਰੀ ਬਡਵਾਲੀ ਵਾਲੇ ਸਾਥੀ ਕੋਈ ਆਏ ਮੈਨੂੰ ਮਿਲ ਬਡਵਾਲੀ ਵਾਲੇ ਆ ਜਿਹੜੀ ਭੂਰਣੇ ਦੀ ਖੇਡ ਹੋ ਸਕਦੀ ਉਹ ਇੱਕ ਅੱਧਾ ਦਿਨ ਮੂਹਰਾ ਕਰ ਲੈਣ ਬਈ ਮਨਪ੍ਰੀਤ ਕਨੇਡਾ ਜਿਹੜੇ ਮੇਲਾ ਕਰਾ ਰਹੇ ਹੈ ਹੋ ਸਕਦਾ ਵੀ ਉਹ ਖੇਡ 28-29 ਦੀ ਵੀ ਹੋ ਸਕਦੀ ਹੈ ਜੇ ਬਡਵਾਲੀ ਖੇਡ ਨਾ ਹੋਈ ਵਾਹ ਜੀ ਵਾਹ ਪਹਿਲਵਾਨ ਜੀ ਪਹੁੰਚੇ ਨੇ ਸਾਡੇ ਪਹਿਲਵਾਨ ਵੀਰ ਉੱਚਾ ਪਿੰਡ ਸਘੋਰ ਤੋਂ ਜੱਗੀ ਭਾਮੀਆਂ ਸਰਬਜੀਤ ਧਾਨੂ ਮਾਜਰਾ ਜੱਸਾ ਵਿਦੇਸ਼ ਕਲਾਂ ਇਹ ਪਾਰਟੀ ਹੈ ਭਾਈ ਟੀਮ ਇਹਨਾਂ ਦੀ ਵੀ ਪਿਆਰ ਨਾਲ ਸਾਂਝੀ ਇਲਾਕੇ ਬਹੁਤ ਵਜਾਉਂਦੇ ਸੋ ਬੜੀ ਮਿਹਰਬਾਨੀ ਹਾਂ ਜੀ ਰਾਹ ਖਾਲੀ ਬਾਈ ਰਾਹ ਦੇ ਬਾਹਰ ਹੈਪੀ ਕਸੋਬੜੀ ਵਾਹ ਸ਼ੇਰਾ ਨਹੀਂ ਰਿਸ਼ਤਾ ਪਹੁੰਚਿਆ ਹੋਇਆ ਦੂਰ ਨੂੰ ਮੇਰਾ ਵੀਰ ਬਣ ਕੇ ਦੂਰ ਨੂੰ ਦੂਰ ਹੋ ਜਾਓ ਬਾਈ ਟਰੈਕ ਸੂਟ ਵਾਲੇ ਵੀਰ ਮੋਟਰ ਬੋਲਣਾ ਹੱਥ ਨਹੀਂ ਖੜਨਾ ਦੂਰ ਹੋ ਜੀ ਦੂਰ ਮੇਰਾ ਵੀਰ ਮੋਟਰ ਵੱਲ ਹੋ ਜਾਓ ਜੇ ਹੋਣਾ ਨਹੀਂ ਦੂਜਾ ਬੱਸੇ ਜਾ ਮੇਰਾ ਵੀਰ ਇੱਥੇ ਨਾ ਖੜ ਜੀ ਮੇਰਾ ਵੀਰ ਗਲਤ ਹੈ ਭਾਈ ਇੱਥੇ ਨਾ ਖੜ ਜੀ ਵਾਹ ਜੀ ਵਾਹ ਪੂਜਣ ਤੋਂ ਸਾਥੀ ਪਹੁੰਚੇ ਨੇ ਧੰਨਵਾਦ ਕਰਦੇ ਹਾਂ ਪੂਜਨੀਆਂ ਦਾ ਵੀ ਬਾਈ ਬੇਨਤੀ ਜਦੋਂ ਰਜਾਇ ਕਰੋ ਉੱਠੋ ਕਿਰਾਇਆ ਜਦ ਬੱਚੇ ਜਾਂਦੇ ਰੋਕਦੇ ਰੋਕਦੇ ਹੁਣ ਨਾ ਜਾਣ ਦਿਓ ਰੋਕਦੇ ਰੋਕਦੇ ਬੱਚਿਆਂ ਨੇ ਉਹ ਖੜ ਜਾ ਅਜੀਤ ਖੜ ਜਾ ਯਾਰ ਤੁਸੀਂ ਲੇਟ ਕਰਦੇ ਹੋ ਵੀ ਹੈਂ ਖੜ ਜੀ ਅਜੀਤ ਖੜ ਜੀ ਆ ਠੁਕਰ ਵਾਲੇ ਹੌਲੀ ਹੌਲੀ ਚਲੇ ਜਾਇਓ ਬੱਚਿਆਂ ਜਾਣ ਦਿਓ ਹੌਲੀ ਜਾਓ ਹੌਲੀ ਉਹ ਹੌਲੀ ਜਾਓ ਹੌਲੀ ਰਾਹ 'ਚ ਜਾਓ ਕੋਈ ਨਹੀਂ ਦੱਸ ਦਿਓ ਅਜੀਤ ਨੂੰ ਵੀ ਬੱਚਿਆਂ ਨੇ ਉਹ ਛੇਤੀ ਮਾਰੋ ਰਾਜ ਛੇਰੋ ਕਿਤੇ ਹੋਈ ਗੱਲ ਆ ਹੋਵੇ ਨੇੜੇ ਤੇ ਫੜ ਨੇੜੇ ਤੇ ਪਿੱਛੇ ਭੱਜੂਗਾ ਨੇੜੇ ਤੇ ਫੜੀਦਾ ਨੇੜੇ ਕਰ ਲਿਆ ਦੋ ਇਕੱਠੇ ਕਰ ਲਓ ਇਹਦੇ ਨਾਲ ਦਾ ਕਿੱਥੇ ਭਾਈ ਲਿਆ ਵੀ ਲਿਆ ਜਿਹੜਾ ਪਿਛਾ ਇਹਦੇ ਆਉਂਦਾ ਨਾਲ ਉਹਨੂੰ ਵੀ ਲਿਆ
ਸਰਦਾਰ ਬਿੱਲੂ ਆਨੰਦਪੁਰ ਤੇ ਲਾਹੌਰ ਪਹੁੰਚੇ ਨੇ ਜੀਤ ਰੁੜਕੀ ਬੜੇ ਪੁਰਾਣੇ ਗੜਵਾਨ ਨੇ ਵੀ ਬਾਈ ਸਮਾਂ ਚਾਹੀਦਾ ਮਿੱਤਰੋ ਬਹੁਤ ਮਾਫੀ ਚਾਹੁੰਦਾ ਹੈ ਨੌਲੇਡ ਨੂੰ ਬਾਈ ਗੁਰਦੇਵ ਸਿੰਘ ਬਾਈ ਪਾਤ ਸਿੰਘ ਰੁੜਕੀ ਪਹੁੰਚੇ ਹੋਏ ਨੇ ਧੰਨਵਾਦ ਕਰਦੇ ਮਾਫੀ ਚਾਹੁੰਦੇ ਹਾਂ ਜੀ ਮੈਂ ਤਾਂ ਜਿੰਨੇ ਵੀ ਤੁਸੀਂ ਸਾਥੀ ਖੇਡ ਨਾਲ ਜੁੜੇ ਹੋ ਜਾਂ ਜਿਹਨਾਂ ਨੇ ਜੁੜ ਜਾਣਾ ਆ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਗੜਵਾਨ ਵੀਰਾਂ ਦਾ ਬੱਚੇ ਦਲਾਕ ਵੀਰਾਂ ਦਾ ਵੀ ਗਾਹਾਂ ਕਰੋ ਛੋਟੇ ਭਾਈ ਬਹੁਤ ਲੇਟ ਹੋ ਮੰਨੋ ਤੁਸੀਂ ਰਿਪੜੋ ਰਿਪੜੋ ਮਾੜੇ ਜੇ ਯਾਰ ਗਾਹਾਂ ਤੋਂ ਤਿਆਰ ਰੱਖੋ ਪਹਿਲੀ ਸ਼ਿਫਟ ਹੈ ਦਸ ਮਿੰਟ ਤੋਂ ਬਾਅਦ ਬਈ ਐਂਟਰ ਨਹੀਂ ਕੋਈ ਹੋਣ ਦੇਣਾ ਆ ਜਿਹੜਾ ਟਾਈਮ ਖਰਾਬ ਹੁੰਦਾ ਆਪਣਾ ਹੀ ਹੁੰਦਾ ਘੜੇ ਕਿਹਨੂੰ ਇੱਥੇ ਦੇਖੋ ਫਿਰ ਪਹਿਲਾਂ ਇੱਕ ਦੂਜੇ ਦੇ ਪੂਰਾ ਮਾਰਦੀਆਂ ਗੱਡੀਆਂ ਚੱਕ ਚੱਕ ਕੇ ਗਾਹਾਂ ਹੋ ਜਾਓ ਬਾਈ ਤੁਸੀਂ ਗਾਹਾਂ ਕਰੋ ਉਹਨੂੰ ਬਲੈਤੀ ਨੂੰ ਰਿਪੜੋ ਮਾੜਾ ਯਾਰ ਉਹ ਫੋਨ ਫਾਨ ਕਰ ਲਓ ਬੰਦ ਬੋਲੋ ਗਾਹਾਂ ਕਰੋ ਇਹਨੂੰ ਇੱਕੋ ਕੰਪਨੀ ਸੇਵਿਆਂ ਦੇ ਰਾਹ ਪਏਗੀ ਰਿਪੜੋ ਰਿਪੜੋ ਪਿਛਾਓ ਕੇ ਇਹਦੇ ਹੱਥੋਂ ਤੇ ਲਾਈ ਜਾ ਹਾਂ ਕਰਦੇ ਕਿਹੜਾ ਕੋਈ ਨੀ ਕੱਖਾਂ 'ਚ ਟੁੱਕਰੀ ਹੋਰ ਪਾ ਦਿਓ ਇੱਕ ਇਹ ਸਮਾਂ ਦੇਖੋ ਕਿਹੋ ਜਿਹਾ ਨੇਰ ਖਾਤਾ ਆਇਆ ਹੈ ਸਾਡੇ ਝੱਲੀਆਂ ਚਾਰ ਪੰਜ ਬੱਚੇ ਹੋਣੇ ਹਫ਼ਤੇ ਦੀ ਗਾਏ ਨਹੀਂ ਸੂਈ ਹੋਣੀ ਹਫ਼ਤੇ ਦੀ ਉੱਥੇ ਤਾਰ ਕੇ ਕੋਈ ਚਲੇ ਗਿਆ ਸਾਡੇ ਹੈਪੀ ਮੁੰਡਾ ਹੈ ਰੋਜ਼ ਦੁੱਧ ਪਿਲਾਉਂਦਾ ਦੋ ਟਾਈਮ ਉਹਨਾਂ ਨੂੰ ਇਹ ਇਹੋ ਗੱਲ ਕਰਮ ਵੀ ਨਾ ਕਰਿਆ ਕਰੋ ਭਾਈ ਉਹੀਓ ਆਪਣੇ ਪਰ ਤਾਂ ਕਰੋਪੀ ਬਹੁਤ ਹੁਣ ਸੁੱਖ ਨਾਲ ਹੋਰ ਨਾ ਲਿਆਓ ਕਰੋਪੀਆਂ ਲਾਈ ਕਰੋ ਤਿਆਰੀ ਹੋ ਜਾ ਬਾਹਰ ਰਾਹ ਖਾਲੀ ਪਾਈ ਚਲ ਕੁੱਤੀਏ ਚੱਲ 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 ਉਹ ਕੁੱਤਾ ਮਾਰੇ ਡਲੀ ਦੇ ਬਾਜੀ ਪੰਤੀ ਟੋਗਲ ਜ਼ਿਲ੍ਹਾ ਸੰਗਰੂਰ 'ਚ ਪਿੰਡ ਹੈ ਭਾਈ ਪ੍ਰਧਾਨ ਬਲਦੇਵ ਸਿੰਘ ਟੋਗਲ ਬੇਜਰ ਸਿੰਘ ਟੋਗਲ ਨਾਜਰ ਸਿੰਘ ਖੇੜੀ ਸਰਪੰਚ ਇਹਨਾਂ ਦੀ ਵੀ ਭਾਈ ਇਹ ਵੀ ਗਰੁੱਪ ਹੈ ਸਾਥੀਆਂ ਦਾ ਇੱਕ ਵਾਜੀ ਵਾਹ ਪਿੰਦਰ ਰੁੜਕੀ ਇਹ ਵੀ ਪਹੁੰਚੇ ਨੇ ਵੀ ਧੰਨਵਾਦ ਬੜੀ ਮਿਹਰਬਾਨੀ ਹਾਂਜੀ ਲੈ ਜੀ ਪਹਿਲੀ ਸ਼ਬਦ ਦੀ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਮੇਰੇ ਸਤਿਗੁਰ ਤਾਕਤ ਬਖਸ਼ੀ ਤਾਕਤ ਮੈਂ ਇਹਨਾਂ ਗਊ ਦੇ ਜਾਨ ਨਾਲ ਇਨਸਾਫ ਕਰ ਸਕਾਂ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਕਰੀ ਕਿਰਪਾ ਮੇਰੇ ਮਾਲਕਾ ਹੁਣ ਕੀ ਕਿਰਪਾ ਸਹੀ ਸਜੇ ਉਹਨਾਂ ਦੀ ਕਿਰਪਾ ਨਾਲ ਸਭ ਕੁਛ ਹੁੰਦਾ ਭਾਈ ਜੇ ਤਾਰ ਤਾਂ ਜਿਹਨਾਂ ਦੇ ਕਰਮਾਂ 'ਚ ਲਿਖਤੀ ਪਰ ਇਨਸਾਫ ਕਰਾਈ ਮੇਰੇ ਸਤਿਗੁਰ ਛੱਬੀ ਤਰੀਕ ਨੂੰ ਸਗਹਿਣ ਬੋਰਡ ਭੱਜਣਗੇ 200 ਕਰਮਾਂ ਦੇ ਵਿੱਚੇ ਸਭ ਕੁਛ ਹੋਊਗਾ ਸਤਿ ਸ਼੍ਰੀ ਅਕਾਲ ਜੀ ਪੋਲਾ ਆਨੰਦਪੁਰ ਪਹੁੰਚੇ ਨੇ ਜੀ ਬਾਈ ਚਰਨ ਸਿੰਘ ਹੋਣੀ ਆਨੰਦਪੁਰ ਧੰਨਵਾਦ ਕਰਦੇ ਹਾਂ ਆਨੰਦਪੁਰੀਓ ਤੁਹਾਡਾ ਵੀ ਸਾਡੇ ਵੱਲੋਂ ਰਸਤਾ ਸਾਫ਼ ਹੈ ਜੀ ਜਿਹਨਾਂ ਵੀਰਾਂ ਦੇ ਭੱਜ ਲੈਂਦੇ ਉਹਨਾਂ ਨੂੰ ਵੀ ਬੇਨਤੀ ਆ ਖੇਤਾਂ 'ਚ ਲਾਉਣਾ ਅੱਗੇ ਕਣਕਾਂ ਕਈ ਵਾਰ ਜੰਮੀਆਂ ਹੁੰਦੀਆਂ ਕਈ ਸਾਥੀ ਵੱਡੀਆਂ ਹੁੰਦੀਆਂ ਪਾਣੀ ਵੀ ਲਾਉਂਦੇ ਹੁੰਦੇ ਐਸੋ ਗੁਰੂ ਦੀ ਕਿਰਪਾ ਵੀ ਇੱਕ ਬੇਨਤੀ ਹੈ ਮੇਰੀ ਵੱਟਾਂ ਦਾ ਖਿਆਲ ਰੱਖਿਓ ਵੱਟਾਂ ਨਹੀਂ ਤੋੜਨੀਆਂ ਬਾਕੀ ਜਿੱਥੇ ਤੁਹਾਨੂੰ ਵਧੀਆ ਲੱਗਦਾ ਖੜ ਜਾਓ ਕੋਈ ਵੱਟ ਨਾ ਤੋੜਿਓ ਆਹ ਪਿੱਛਾ ਬਰਸੀਣ ਹੈ ਇਹ ਬਰਸੀਣ 'ਚ ਨਹੀਂ ਬਣਨਾ ਬ
ਬੇਨਤੀ ਆ ਵੀ ਬਰਸੀਲ ਤੇ ਬਾਹਰ ਰਹੋ। ਬਾਬਾ ਕਰਮ ਸਿੰਘ ਜੀ ਨਸਲਪੁਰ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਰਸੀਲ 'ਚ ਨਾ ਖੜੇ ਹੋ ਜੀ, ਬੇਨਤੀ ਆ ਮੇਰੀ ਬਰਸੀਲ ਤੇ ਬਾਹਰ ਲਓ, ਤਿਆਰੀ ਹੈ, ਤਿਆਰੀ ਆ ਬਾਈ, ਪਹਿਲੀ ਸ਼ੋਰ ਦੀ ਪਹਿਲੀ ਗੱਡੀ ਭੱਜਣ ਨੂੰ ਤਿਆਰ ਹੈ ਜੀ, ਤਿਆਰੀ ਆ ਜੀ। ਟਾਈਮ ਲਿਖਾਉਣਾ ਮੇਰੇ ਕੋਲ ਆ ਜਾਓ ਬਾਈ, ਆ ਜੀ ਬਾਈ, ਛੱਬੀ ਅਠਾਹਠ ਜੀ, ਛੱਬੀ ਸੈਕਿੰਡ ਅਠਾਹਠ ਪੁਆਇੰਟ। ਇਹ ਗੁਰਮੀਤ ਸਿੰਘ ਸਪੁੱਤਰ ਜੋਗਾ ਸਿੰਘ ਕੋਟਲ ਆ ਜਿਹੜੇ ਭਜਾ ਕੇ ਆਈ ਲਿਖਣਾ ਪਰਚੀ, ਹਾਂ ਜੀ ਛੱਬੀ ਅਠਾਹਠ ਦਾ ਸਮਾਂ, ਛੱਬੀ ਸੈਕਿੰਡ ਅਠਾਹਠ ਪੁਆਇੰਟ। ਬਾਈ ਲੰਘ ਜਾ ਹਿੰਮਤ ਨਾਲ ਭੱਜ ਕੇ, ਬਾਈ ਲੰਘਣਾ ਲੰਘ ਜਾ, ਲੰਘ ਜਾ ਹਿੰਮਤ ਨਾਲ, ਲੰਘ ਜਾ ਬਾਈ, ਲੰਘ ਜਾ ਲੰਘ ਜਾ ਮੇਰਾ ਵੀਰ, ਭੱਜ ਕੇ ਭੱਜ ਕੇ, ਜਿਉਂਦਾ ਰਹਿ ਮਿੱਤਰ, ਰੱਬ ਵਾਸਗਾ ਸਰਾਏ ਤੇਰਾ, ਜਿਉਂਦਾ ਰਹਿ। ਹਾਂਜੀ ਬੜੀ ਮਿਹਰਬਾਨੀ, ਅਗਲੀ ਗੱਡੀ ਤਿਆਰ ਹੈ, ਤਿਆਰ ਹੈ ਜੀ। ਜੇ ਕਿਸੇ ਨੇ ਚਾਪ ਦਾ ਜਾਲੀ ਦੰਦ ਲਾਇਆ ਨਾ ਭਜਾਇਓ, ਦੁੰਬਣਾ ਚੈੱਕ ਕਰ ਲਿਆ ਛਿੰਦਰ, 11000 ਰੁਪਇਆ ਜੁਰਮਾਨਾ ਰੱਖਿਆ ਆਪਾਂ ਨੇ, ਕੋਈ ਗੱਡੀ ਫਾਲਤੂ ਖੜੀ ਰਹੇਗੀ 1100 ਰੁਪਇਆ ਜੁਰਮਾਨਾ, ਸ਼ਿਫਟ ਦੇ ਵਿੱਚ ਜਿੰਨੇ ਪਿੱਛੇ 19 ਗੱਡੀਆਂ, ਬੱਲੇ ਬੱਲੇ ਪੜਤੀ ਧੂੜ। ਹਾਂ ਬਈ ਮੇਰੀ ਫੇਰ ਬੇਨਤੀ ਹੈ, ਕੱਲ ਵੀ ਇੱਕ ਬੇਨਤੀ ਕਰੀ, ਪਹਿਲਾਂ ਗੱਡੀ ਆਈ ਡਰਾਈਵਰ ਮਹਿੰਦਰ ਸਿੰਘ ਜਰਗੜੀ ਬੀ, ਸਮਾਂ ਲਾਇਆ 2668 ਬਾਬ ਸ਼ੇਰੋ, ਡਰਾਈਵਰ ਮਹਿੰਦਰ ਸਿੰਘ ਜਰਗੜੀ ਬੀ, ਟਾਈਮ 2668 ਲਾਇਆ ਜੀ, ਪਹਿਲੀ ਗੱਡੀ ਨੇ ਜਿਹੜੀ ਭੱਜ ਚੁੱਕੀ ਹੈ। ਗੁਰਮੀਤ ਸਿੰਘ ਕੋਟਲਾ ਨੇ ਕਿਹੜੀ ਕਢਵਾਨੀ, ਲਓ ਜੀ ਬਾਹਰ ਬੈਠੇ ਵੀਰੋ, ਧੰਨ ਧੰਨ ਕਰਾ ਦਿੰਦੇ ਤੁਸੀਂ ਪੰਜਾਬ ਦੇ, ਧੰਨ ਧੰਨ। ਇਹ ਸਾਰੇ ਮੁੰਡੇ ਬਾਹਰ ਬੈਠੇ ਦੇਖੋ, ਬਹੁਤ ਇੱਧਰ ਭੱਜਦੇ ਆ, ਹੈਪੀ ਮੁੰਡਿਆਂ, ਹਰਸ਼ ਮੁੰਡਿਆਂ, ਬਿੱਟੂ ਧਮੋਟ, ਹੈਪੀ ਮਹਿਤੋਤ, ਸੁੱਖਾ ਯੂਐਸਏ, ਆਹ ਕਿੰਦੀ ਸਾਡਾ ਜੋੜਾ ਵੀਰ ਉੱਧਰ ਤੇ ਆਇਆ, ਸਲੱਖਣ ਸੋਢੀ ਯੋਗ ਕਿਸ਼ਨਪੁਰ ਦੁਆਬਾ, ਸੰਦੀਪ ਸਿੰਘ ਮਹਿਰਪੁਰ, ਸੰਦੀਪ ਸਿੰਘ ਬਾਲੀ ਪਲਾਹੀ, ਕਰਵੀਰ ਸਿੰਘ ਮਾਨਕਾ, ਹਿੰਮਤ ਸਿੰਘ ਜਗਤਪੁਰ, ਪੱਪੂ ਜਗਤਪੁਰ, ਇਹ ਸਰਦਾਰ ਮਨਜੀਤ ਸਿੰਘ ਡੋਗਰ ਕਰਕੇ ਜੋ ਵੀ ਜਾਣਦੇ ਹੋ, ਉਹਨਾਂ ਦੇ ਸਪੁੱਤਰ ਨੇ ਸਰਵਣ ਸਿੰਘ ਕੈਨੇਡੀਅਨ, ਸ਼ਮਸ਼ੇਰ ਸਿੰਘ ਅਚਰਵਾਲ, ਆਕਾਸ਼ਦੀਪ ਸਿੰਘ ਬਰਵਾਲਾ, ਇਹ ਸਾਰੇ ਬਾਹਰ ਬੈਠੇ ਜਵਾਨ ਮਿੱਤਰੋ, ਧੰਨ ਧੰਨ ਇੱਧਰ ਕਰਾਈ ਪਈ ਹੈ, ਸੁੱਖਾ ਨਾਗਰਾ, ਗੋਰੀ ਯੋਧਾ, ਕਰਮਜੀਤ ਸਿੰਘ ਕੰਮਾ ਬਲਾਲਾ, ਅੱਜ ਨੌ ਗੂੰਜਦੇ ਆ ਮਿੱਤਰੋ ਖੇਡਾਂ ਦੇ ਵਿੱਚ। ਬਹੁਤ ਸਾਰੇ ਸਾਥੀ ਜਿਵੇਂ ਸੁੱਖਾ ਪਿਛਲੇ ਸਾਲ ਆਇਆ ਤਾਂ ਭਾਈ, ਬਹੁਤ ਸਾਰੇ ਪੁੱਛਦੇ ਆ, ਕਹਿੰਦੇ ਹੁੰਦੇ ਮਾਠੂ ਜੀ ਇਹਦੇ ਨਾਂ ਤਾਂ ਭੁੱਲੀ ਜਾਂਦੇ ਹਾਂ, ਇਹ ਅਸੀਂ ਦੇਖਿਆ ਨਹੀਂ ਸਾਥੀ, ਮਾਂ ਕੋਈ ਨਹੀਂ ਆਉਣਗੇ, ਜਦੋਂ ਛੁੱਟੀ ਆਉਣਗੇ ਫਿਰ ਮਨਾਵਾਂਗੇ। ਲਓ ਤਿਆਰੀ ਹੈ, ਝੰਡੀ ਫੇਰ ਖੜੀ ਹੈ, ਗੱਡੀ ਤਿਆਰ ਹੈ ਜੀ, ਗੁਰਸ਼ਰਨ ਸਿੰਘ ਉਟਾਲਾ, ਇਹ ਵੀ ਮੁੰਡਾ ਕੈਨੇਡਾ 'ਚ ਹੈ, ਚਾਹੇ ਇੱਧਰ ਆਇਆ ਹੋਇਆ ਸਾਡੇ ਕੋਲ, ਹੁਣ ਆ ਗਈ ਬਾਈ ਗੁਰਸ਼ਰਨ ਸਿੰਘ ਉਟਾਲਾ ਕੈਨੇਡਾ,
ਭਾਈਚਾਰੇ ਵੀ ਜ਼ਿਆਦਾ ਹੋਈ ਹੈ। ਛੱਬੀ ਬਾਰਾਂ ਜੀ, ਛੱਬੀ ਸੈਕਿੰਡ, 12 ਪੁਆਇੰਟ ਦਾ ਸਮਾਂ ਹੈ। ਇਹ ਹੈਪੀ ਹੈ, ਸਰਦਾਰ ਰੂਪ ਸਿੰਘ ਵਾਲਾ ਦਾ ਪੁੱਤਰ ਹੈ, ਪਿਛੋਕੜ ਪਿੰਡ ਤੱਕ ਸੁੰਬੜੀ ਹੈ। ਇਹ ਹੁਣ ਰਾਏਪੁਰ ਚੌਕਦਾਰਾਂ ਜਾ ਵਸੇ ਵੀ ਰਾਏਪੁਰ ਚੌਕਦਾਰ ਖੇਡ ਸ਼ੁਰੂ ਹੋ ਗਈ ਹੈ ਜੀ। ਬੜੇ ਵਧੀਆ ਸਮੇਂ ਦੇ ਨਾਲ ਖੇਡ ਮੇਲਾ ਚੱਲ ਪਿਆ, ਵਧੀਆ ਟਾਈਮ ਨਾਲ। ਇਹ ਤੁਸੀਂ ਸਹਿਯੋਗ ਦਿਓ, ਬੱਚੇ ਦੇ ਨਾਲ ਵੀਰੋ ਆਪਦੀ ਸ਼ਿਫਟ ਵੱਡੀ ਤੋਂ ਵੱਡੀ ਲੈ ਕੇ ਲੰਘਣੀਆਂ, ਤਿੰਨੇ ਸ਼ਿਫਟਾਂ ਦੇ ਵਿੱਚ ਸਾਰੀਆਂ ਗੱਡੀਆਂ ਭਜਾ ਦੇਣੀਆਂ ਆਪਾਂ ਨੇ, ਤਿੰਨ ਸ਼ਿਫਟਾਂ ਕਰਨੀਆਂ ਜਿਵੇਂ ਉਹਨੂੰ ਨਗਰ ਦਾ ਹੁਕਮ ਹੈ। ਇਹਨਾਂ ਨੌਜਵਾਨਾਂ ਵੱਲੋਂ ਜੋ ਸਾਨੂੰ ਹੁਕਮ ਹੋਇਆ ਬਈ ਤਿੰਨ ਸ਼ਿਫਟਾਂ ਹੀ ਭਜਾਉਣੀਆਂ, ਤਿੰਨ ਦੇ ਵਿੱਚ ਸਾਰੀਆਂ ਗੱਡੀਆਂ ਚਲੇ ਜਾਣਗੀਆਂ, ਉੱਧਰ ਕੋਈ ਗੱਡੀ ਸਾਡੀ ਕਿੰਨਾ ਖੜੀ ਰਹਿ ਜਾਵੇ। ਬੜੀ ਖੁੱਲ੍ਹੀ ਜਗ੍ਹਾ ਪਰੇ ਨੂੰ, ਬਹੁਤ ਦੂਰ ਉਹ ਮੋਟਰ ਤੱਕ ਜਿੰਨੇ ਮਰਜ਼ੀ ਬੱਚੇ ਖੜ੍ਹ ਜਾਣ, ਫਾਲਤੂ ਠੋਕਰ ਨਾ ਜਾਵੇ। ਜੇ ਕੋਈ ਲੈ ਗਿਆ ਹੋਇਆ ਉੱਧਰ ਦੁੰਬਣੇ ਦੇ ਯਾਰ ਤੇ ਪਹਿਲਾਂ ਆਪਣੀ ਠੋਕਰ ਪਹਿਲਾਂ ਕਰ ਲਿਓ। ਜੇ ਖੱਤੇ ਦੇ ਵਿੱਚ ਲਾਈਨ 'ਚ ਖੜੀ ਰਹਿ ਗਈ ਫਿਰ 1100 ਰੁਪਇਆ ਲੈ ਕੇ ਛੱਡਾਂਗੇ, ਜਾਂ ਪਰਾਂ ਮੋਟਰ ਉਹਦੇ ਪਰ ਲੈ ਜਾਓ ਆਪਣੀ ਠੋਕਰ ਖਿੱਚ ਕੇ। ਸਮੇਂ ਦੇ ਨਾਲ ਦੌੜਾਂ ਵੀ ਬਦਲੀਆਂ ਮੇਰੇ ਹਿਸਾਬ ਦੇ ਨਾਲ, ਮੈਂ ਇਹੋ ਜਿਹੀਆਂ ਦੌੜਾਂ ਦੇਖੀਆਂ ਹੈ ਜਦੋਂ ਦੂਰੀਆਂ ਦੌੜਾਂ ਹੋਇਆ ਕਰਦੀਆਂ ਤੀਆਂ, ਬਾਈ ਹਰਦੇਵ ਸਿੰਘ ਹੋਣੀ, ਬਾਈ ਚੰਦ ਹੋਣੀ, ਬਾਈ ਬਲਦੇਵ ਸਿੰਘ ਦਿਆਲਪੁਰਾ, ਤੇਜਾ ਸਿੰਘ ਗੁੱਜਰਵਾਲ, ਗੁਰਮੇਲ ਸਿੰਘ ਭੁੱਟਾ, ਛੋਟਾ ਸਿੰਘ ਗੁੱਜਰਵਾਲ, ਇਹ ਪੁਰਾਣੇ ਗਡਵਾਨ ਆਪਦੇ ਬੁਰਦਾਂ ਨੂੰ ਆਪੇ ਜੋੜ ਕੇ ਘੁੰਮਦੇ ਵਿੱਚ ਦੇਖਿਆ ਮੈਂ, ਬੈਠ ਜਾਣਾ ਪਿਛਲੇ ਪਾਸੇ ਬੁਰਦਾਂ 'ਤੇ ਘੁੰਮ ਕੇ। ਇੱਧਰ ਬਾਈ ਸਾਡੇ ਦੇਵ ਗੋਪਾਲ ਪ੍ਰਿਆ, ਉਹ ਵੀ ਸਾਥੀ ਨਹੀਂ ਰਿਹਾ ਵਿਚਾਰਾ। ਬਾਈ ਸ਼ੇਰ ਸਿੰਘ ਬੂੜ ਮਾਜਰਾ, ਇਹ ਪੁਰਾਣੇ ਗਡਵਾਨ ਨੇ ਸਾਡੇ। ਸਾਡੇ ਬਾਈ ਹਰਪਾਲ ਸਿੰਘ ਚੱਲੀਆਂ, ਉਹ ਵੀ ਨਹੀਂ ਰਿਹਾ ਵਿਚਾਰਾ, ਉਹ ਵੀ ਤੁਰ ਗਿਆ ਸਾਥੀ ਸਾਡਾ। ਇਹ ਗੱਡੀ ਦੀ ਸਾਧੂ ਸਿੰਘ ਕਾਲਾ ਚਾਰ, ਮਿੱਤਰੋ ਦੇਖੋ ਕਿੱਡੀ ਦੂਰ ਤੇ ਬੱਚਿਆਂ ਆਏ ਜ਼ਿਲ੍ਹਾ ਸੰਗਰੂਰ ਚੋਂ, ਪਰ ਮੁਕੱਦਰ ਦੀ ਗੱਲ ਦੇਖੋ, ਕੋਈ ਗੱਲ ਨਹੀਂ, ਕੋਈ ਰੁਕਾਵਟ ਨਹੀਂ, ਫੇਰ ਦੇ ਕੇ ਬਾਹਰ ਭੱਜਣ। ਇਹ ਕਰਮਾਂ ਦੀਆਂ ਗੱਲਾਂ, ਕਰਮਾਂ ਦੀਆਂ, ਕਾਪ ਕਰਮ ਨਹੀਂ ਬੰਦੇ ਦਾ ਸਾਥ ਦਿੰਦੇ, ਜੇ ਕਰਮ ਨਾ ਨਾਲ ਹੋਣ ਮਿੱਤਰੋ ਫੇਰ ਸਾਥ ਨਹੀਂ ਹੁੰਦਾ। ਕਾਪ ਕਰਮ ਨਾ ਬੰਦੇ ਦੇ ਸਾਥ ਦਿੰਦੇ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ, ਭਾਈਆਂ ਬਿਨਾਂ ਨਾ ਜੋੜੀਆਂ ਬਣਦੀਆਂ ਏ, ਭਾਵੇਂ ਪਿੱਛੇ ਸਰੀਕਾਂ ਦੀ ਕੰਧ ਹੋਵੇ, ਜਦੋਂ ਜੱਟ ਦੀ ਕਿਸਮਤ ਨਹੀਂ ਸਾਥ ਦਿੰਦੀ, ਜੰਮ ਦੀ ਜ਼ਮੀਨ ਨਹੀਂ ਚਾਹੇ ਨਿਆਈ ਦੀ ਵੰਡ ਹੋਵੇ, ਆਸਾ ਰਾਮ ਕਹੇ ਉੱਥੇ ਰਾਕਸ਼ਾ ਕਿਆ ਆਵਣਾ ਜਿੱਥੇ ਦੇਵਤਿਆਂ ਦੀ ਸੁਗੰਧ ਹੋਵੇ। ਭਗਤ ਲਿਖਦੇ ਹੈ ਜਿਹੜੇ ਘਰ ਦੇ ਵਿੱਚ ਪਿਆਰ ਹੈ ਉਹ ਦੇਵਤਾ ਸਮਾਨ ਪਰਿਵਾਰ ਮੰਨਿਆ ਜਾਂਦਾ, ਜਿੱਥੇ 24 ਘੰਟੇ ਪਿਆਰ ਹੈ। ਕਹਿੰਦਾ ਉਹ ਘਰ ਦੀ ਗਿਣਤੀ ਨਾ ਕਰ ਜਿੱਥੇ 24 ਘੰਟੇ ਕਲੇਸ਼ ਰਹਿੰਦਾ, ਕਾਹਦਾ ਘਰ ਹੈ। ਬਹੁਤ ਗਲਤ ਜਖਦਾਬ ਦਿੱਤਾ ਭਗਤ ਨੇ ਉਹ ਪਰਿਵਾਰ ਨੂੰ, ਲਓ ਤਿਆਰੀ ਹੈ। ਤਿਆਰੀ ਹੈ ਭਾਈ, ਹਾਂਜੀ ਭਾਈ, ਹਾਂਜੀ ਭਾਈ ਜੀ, ਉਹ ਜਿਹੜੇ ਇੱਧਰ ਨੂੰ ਬੈਠ ਗਏ, ਉਹ ਭਾਈ ਤੁਸੀਂ ਕੈਮਰੇ ਮੂਹਰੇ ਆ ਗਏ, ਹੈਲੋ, ਜਿਹੜੇ ਇੱਧਰ ਨੂੰ ਮੂੰਹ ਕਰਕੇ ਬੈਠ ਗਏ ਉਹਨਾਂ ਨੂੰ ਬੇਨਤੀ ਆ ਲਾਈਨ 'ਤੇ ਬੜਾ ਹੋ ਜਾਣ, ਆ ਜੇ ਠਾਲਿਓ ਬਾਈ ਕਹਿ ਕੇ ਇਹਨਾਂ ਨੂੰ, ਜਿਹੜੇ ਉਹਨਾਂ ਨੂੰ ਬੈਠੇ, ਹਾਂ ਪਰੇ ਪਾਸੇ ਨੂੰ ਬੈਠੋ ਜੀ, ਉੱਠ ਜਾਓ। ਕਿਆ ਕਹਿਣਾ, ਪੂਰਾ 26 ਦਾ ਸਮਾਂ ਜੀ, ਅਤੇ ਮਾਣਾ ਮੁਕਸੂਤਲਾ ਕਰ ਗਿਆ ਗੁਰਬਾਨੀ ਜਸਮੇਰ ਸਿੰਘ ਜੀ, ਆਹ ਦੂਜੇ ਪਾਸੇ ਨੂੰ ਬਿਠਾ ਲਿਓ ਠਾਲ ਕੇ ਇਹਨਾਂ ਨੂੰ। ਮੇਰਾ ਵੀਰ ਉੱਠਿਆ, ਕੈਮਰੇ ਵਾਲਾ ਵੀਰ ਕਹਿੰਦਾ ਵੀ ਮੂਹਰੇ ਆਉਂਦੇ, ਫਿਲਮ ਨਹੀਂ ਬਣਦੀ ਕਹਿੰਦਾ ਸਵਾਰ ਕੇ, ਆ ਉੱਠਿਆ ਮੇਰਾ ਵੀਰ, ਜਿਹੜਾ ਉਹਦੇ ਨੂੰ ਬੈਠਿਆ ਠਾਲ ਦੀ ਆ ਰਹੇ ਇਹਨੂੰ ਕਹਿ ਕੇ। ਤੁਸੀਂ ਕਹਿ ਦਿਓ ਜੇ ਨਹੀਂ ਸਮਝੇ ਮੇਰੀ ਗੱਲ, ਕਹਿ ਦਿਓ ਭਾਈ ਤੁਹਾਨੂੰ ਕਹਿੰਦਾ ਮਾਸਟਰ ਉੱਠਿਓ, ਉੱਠਿਓ ਉਹਦੇ 'ਤੇ, ਹਾਂ ਜਿਉਂਦੇ ਰਹੋ, ਬੜੀ ਮਿਹਰਬਾਨੀ। ਵਾਹ ਜੀ ਵਾਹ, ਆਹ ਸਵਾਦ ਗੱਲ ਕਹੀ ਦਾ, ਬਸ ਲਾਈਨ 'ਤੇ ਉਹਦੇ ਨਾਲ ਬੈਠੋ, ਜਿਹੜੀ ਲਾਈਨ ਲਾਈ ਆਪਾਂ ਨੇ, ਦੌੜ ਪਾਈ ਹੈ ਉਹਦੇ ਬਾਹਰ ਬੈਠੋ, ਬੇਨਤੀ ਹੈ ਉਹਦੇ ਅੰਦਰ ਨਾ ਬੈਠੋ, ਦੌੜ 'ਤੇ ਬਾਹਰ ਬੈਠੋ। ਇਹ ਜਿਉਂਦੀ ਜ਼ਿੰਦਗੀ ਦੇ ਮੇਨ ਮਿੱਤਰੋ, ਜਿਉਂਦੀ ਜ਼ਿੰਦਗੀ ਤਾਂ ਹੀ ਬੇਲ ਹੈ, ਇੱਥੇ ਮਰਿਆਂ ਦੀਆਂ ਨਿਸ਼ਾਨੀਆਂ ਟੋੜਦੇ ਫਿਰੀ ਜਾਂਦੇ। ਤਿਆਰੀ ਆ ਭਾਈ, ਤਿਆਰੀ ਹੈ ਜੀ,
टाइम की जजमेंट तो बहर बैठे साथियों ने भी ला देनी, जे सस पुत्र पार बैठे उन्होंने कला कला बोर्ड भजया हों दिखना है। मैं कैमरे के पूरे ना बेनती थानू देख लो, दो कैमरे लगे हुए लाइव है प्रोग्राम अपना। आ जा भाई मूहरे के पास आ दो, पछा लंघ जान दो। कच्चा टाइम 4590 का जी कच्चा लिखे होना जी, कच्चा टाइम है। पहला आई बाबा गुरजंट सिंह लंघ पूरे 26, बाबा गुरजंट सिंह लंघ भी अपने च नहीं रहे, कुदरती माड़ी जी बीमारी नाल मित्रों सदा की नींद सौ गया जट, सदा की नींद तैयारी है भाई। हाँ जी भाई एक मिनट जी, तैयारी है जी एक मिनट जी, एक मिनट जी। आई भाई अप 24-19 का समा जी, 24-19 ये गुरमीत सिंह कोटला जी, कोटला जिड़ा गुरबानी करके आया गुरमीत कह रहे इन कोटलिया आओ जी, बल्ले 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 धन्यवाद भी भाग ला के रखते साथियों ने, बड़ा नाम मित्रों इन्होंने खेडा च कमाया इस परिवार ने। सोनी इटली जिन्हों का बकरा भजया है पंजाब च, बड़ा नाम मित्रों उस गऊ दे जाए इस परिवार का, 1100 रुपया स्पेशल आप भेज के मेले जमान करते हैं मित्रों। मैं धनवादी अपने वीर का, हाँ जी भाई रम्मी, एक रम्मी दुआबे आए तो तुम्हें पता होना रम्मी, उन्हें भी पंजाब के कोई 4 साल तहलकाम जाके रखी होना बुरदा ने, जिन्हों की मैं गल करदा है ये उस परिवार वालों मान सम्मान है। मैं तह दिलों धन्यवाद करदा जिन्होंने मान सम्मान भेजा है, साढ़े छोटे वीर ने पहला ही नीडा समराला समा लाया 24-19 नीडा समराला। फिर धनवादियां भी जिन्हों का बकरा, लो जी मित्रों कहे तो ना याद आया ये जवान इटली च है, एक रम्मी चप्पे जे सोहे जो उपरों सिंगलियां होंगे दिया कोई पौने पौने गिठते सिंगते वे जोड़ा बकरा कहने नीला रंग था वह यह परिवार को भजे दो बोर दो। सो मैं धनवादी हाँ बई, बहुत बड़ा मान सम्मान है, तह दिलों धनवाद करता बड़ी मेहरबानी। गड्डी अगली तैयार है जी, हो जा बाहर अप 2675 जी, 2675 पॉइंट यह सुख है दलेर कला तो जेड़ा ना बच्चों की गुणवानी करके गया है सरदार सुख दलेर कला। कुत्ते मारियो बी, ये कितने मूहरा भजा आता देखो है घोड़ी मंगन
ਇਹ ਪਹਿਲਾਂ ਜਦੋਂ ਮੇਲਿਆਂ ਨੂੰ ਜਾਇਆ ਕਰਦੇ ਤੇ ਨਾ ਗੱਡੀਆਂ ਲੈ ਕੇ, ਜਦ ਘੋੜੀਆਂ ਜਾਇਆ ਕਰਦੀ ਤੇ ਐਂ ਬੁੜਦਾ ਦੇ ਮੂਹਰੇ ਜਿਵੇਂ ਭੱਜਿਆ ਹੁੰਦਾ ਤਾਂ ਪਤੰਤਰ ਇਹ ਇਹਨੇ ਆਪਣਾ ਹੀ ਰੂਲ ਬਣਾ ਲਿਆ ਤਾ ਤਿਆਰੀ ਮੱਖ ਖਦੇੜ ਦੇ ਮਲ ਖਦੇੜ ਦੇ ਤਿਆਰੀ ਆ ਜੀ ਚਾਂਡੀ ਖੇਡ ਕਰੇ ਖੜੀ ਆ ਭਾਈ ਅਸੀਂ ਬੇਤਰਵਾਦੀ ਹਾਂ ਸਰਦਾਰ ਬੰਤਾ ਸਿੰਘ ਜੀ ਸਰਦਾਰ ਗੁਰਜਿੰਦਰ ਸਿੰਘ ਜੀ ਆਰਤੀ ਆ ਹੈਪੀ ਮਤੋਤ ਬਿੱਟੂ ਧਮੋਟ ਜਿਹਨਾਂ ਨੇ ਉਦਘਾਟਨ ਦੇ ਸਮੇਂ ਇਹ ਸਾਰੇ ਬਹੁਤ ਐਂ ਕਰਨ ਲੱਗ ਗਏ ਕਮਾਲ ਯਾਰ ਬੱਚੇ ਉਦਣ ਵੀ ਐਂ ਕਰੀ ਗਏ ਧਿਆਨ ਰੱਖੋ ਧਿਆਨ ਬੱਚਿਆਂ ਦੇ ਵੀਰੋ ਬੇਨਤੀ ਹੈ ਮੇਰੀ ਤੁਸੀਂ ਸਮਝਦਾਰ ਹੋ ਹਾਂ ਜੀ ਮੈਂ ਗੱਲ ਕਰ ਦਿੰਦਾ ਮਿੱਤਰੋ ਵੀ ਜਿਉਂਦੀ ਜ਼ਿੰਦਗੀ ਦੀ ਮੇਲ ਹੈ ਆਪਾਂ ਮਰੇ ਹੋਏ ਦੇ ਨਿਸ਼ਾਨੀਆਂ ਡੋਲਦੇ ਫਿਰੀ ਜਾਂਦੇ ਪਹਿਲਾਂ ਜੀ ਸ਼ੇਰ ਸਿੰਘ ਮੀਮਸਾ ਸਵਾਲ ਆ 2675 ਉਹਨਾਂ ਨੇ ਸ਼ਮਸ਼ੇਰ ਸਿੰਘ ਮੀਮਸਾ 2675 ਜੋ ਵੀ ਜ਼ਰੂਰ ਆਪਾਂ ਪੁੱਛੀਏ ਨਾ ਪੁੱਛੀਏ ਪਰ ਮਰੇ ਦੀ ਬੀਜੀ ਬੜੀ ਪਰ ਜਾ ਕੇ ਦੇਸੀ ਘੀ ਦੇ ਦੀਵੇ ਬਾਲੀ ਜਾਂਦੇ ਆਪਾਂ ਉਹ ਜੂਦੇ ਦੀ ਸੇਵਾ ਕਰਿਆ ਕਰੋ ਜੇ ਕਰਨੀ ਹੈ ਆ ਜੀ ਭਾਈ ਮੜੀ ਪਰਦਾ ਨਹੀਂ ਬੈਠਾ ਭਾਈ ਉਹ ਸਮਾਂ ਬਹੁਤ ਹੇਠਾਂ ਕੇ ਲੱਗਣਾ ਮਿੱਤਰੋ ਬਹੁਤ ਹੇਠਾਂ ਪੱਚੀ ਤ੍ਰੇਹਠ ਦਾ ਸਮਾਂ ਇਹਨਾਂ ਬੱਚਿਆਂ ਦਾ ਇਹ ਦੀਪਾ ਜਟਾਣਾ ਹਰਦੇਵ ਸਿੰਘ ਦੇ ਪੁੱਤਰ ਨੇ ਕੁਲਦੀਪ ਸਿੰਘ ਦੀਪਾ ਜਟਾਣਾ ਜਿਹੜੇ ਭਜਾ ਕੇ ਲਿਆਏ ਇਹਨਾਂ ਨੂੰ ਦੂਜੀ ਸ਼ਿਫਟ ਵਾਲੇ ਵੀਰੋ ਤਿਆਰੀ ਕਰੋ ਅਸੀਂ ਫੇਰ ਦਰਵਾਜ਼ੀਆਂ ਉਹਨਾਂ ਵੀਰਾਂ ਦੇ ਹੈਪੀ ਮੁੰਡੀਆਂ ਹਰਸ਼ ਮੁੰਡੀਆਂ ਬਿੱਟੂ ਧਮੋਟ ਹੈਪੀ ਮਹਿਤੋਤ ਬੰਤਾ ਸਿੰਘ ਮੁੰਡੀਆ ਗੁਰਜਿੰਦਰ ਸਿੰਘ ਆਰਤੀਆ ਮੁੰਡੀਆ ਬੜੀ ਮਿਹਰਬਾਨੀ ਆ ਸਾਡਾ ਛੋਟਾ ਵੀਰ ਕਹਿੰਦੀ ਸੁੱਖਾ USA ਤਿਆਰੀ ਆ ਬਾਈ ਹਾਂ ਕਹਿੰਦੀ ਵੀਰ USA ਵੀ ਕਿੰਦ ਵੀਰ ਵੀ ਕਿੰਦ ਕੱਲਾ ਕਿੰਦ ਵੀ ਭਾਈ ਇਹ ਕਹਿੰਦੀ ਵੀ ਹੈ ਆ ਜੀ ਭਾਈ ਇਹ ਸੁੱਖਾ ਮਾਜਰੇ ਤੋਂ ਨੇ ਕਿੰਦ USA ਸੁੱਖੋ ਮਾਜਰਾ ਕਾਲੇ ਉਹ ਨਹੀਂ ਸਮਾਣਾ ਪਹੁੰਚੇ ਹੋਏ ਧੰਨਵਾਦ ਵੀ ਕਾਲੇ ਐਂਡ ਪਾਰਟੀ ਸਤਾਈ ਸੈਕਿੰਡ 47 ਪੁਆਇੰਟ ਇਹ ਘੁੱਲਾ ਹੈ ਮੁਕੜਾਉਣੇ ਵਾਲਾ ਆ ਹੁਣੇ ਖੇਡਾਂ ਵੀ ਹੋਈਆਂ ਇਹਨਾਂ ਦੇ ਪਿੰਡ ਭਾਈ ਘੁੱਲਾ ਮੁਕੜਾਉਣਾ ਪਾਲ ਸਿੰਘ ਮੁਕੜਾਉਣਾ ਬਾਈ ਸੁਰਮੁਖ ਸਿੰਘ ਮਗੜਾਉਣਾ 31,000 ਰੁਪਇਆ ਦਿੱਤਾ ਜੀ ਅਗਲੇ ਕੱਲੇ ਨਹੀਂ ਖੇਡਦੇ ਹੋਏ 31 ਪਹਿਲਾਂ ਜੀ ਜਸ ਸਿਮਰਨ ਡੰਡਹੇੜੀ 25-63 ਦਾ ਸਮਾਂ ਹੈ ਆ ਜੀ ਬਾਈ ਹਾਂ ਨੀਟਾ ਸਮਰਾਲਾ ਘਰ ਸਮਾਂ ਉਹਨਾਂ ਦਾ ਬਾਈ 24-19 ਨੀਟਾ ਸਮਰਾਲਾ ਇਹ ਜਿੰਨੇ ਮੈਂ ਨਾਮ ਬੋਲਦਾ ਤਕਰੀਬਨ ਬਾਹਰ ਹੈ ਸਾਥੀ ਸਾਡਾ ਛੋਟਾ ਵੀਰ ਗੁਰਸ਼ਰਨ ਸਿੰਘ ਟਾਲਾ ਉਹ ਇੱਧਰ ਆਇਆ ਜਵਾਨ ਉਨੱਤੀ 44 ਜੀ ਬਾਹੂ ਚੌਧਰੀ ਸਾਹਿਬ ਨੇ ਰਿਸ਼ਤਾ ਟਾਈਮ 29:44 ਬੱਟ ਕਰਦੇ ਗਡਵਾਨੀ ਦੇ ਚੌਧਰੀ ਨੇ ਬੜੀ ਮਿਹਰਬਾਨੀ ਬੱਚੇ ਵੀ ਘਰ ਦੇ ਗਡਵਾਨੀ ਵੀ ਆਪਣੀ ਘਰ ਦੀ ਉਹ ਭਾਈ ਵਧੀਆ ਗੱਲ ਹੈ ਨਾ ਹੀ ਕਿਲੇ ਕਿਲੇ ਫਰਕੜੀ ਆ ਹੁਣੇ ਤੁਹਾਨੂੰ ਗੱਡੀਆਂ ਭੱਜੀਆਂ
17-18 ਨੂੰ ਬੱਚੇ ਭੱਜੇ ਤੇ ਪੌਣੇ 200 ਗੱਡੀ ਐਂਟਰੀ ਦੀ ਉੱਥੇ ਪੌਣੇ 200 ਪਹਿਲਾ ਨੰਬਰ ਕਰਿਆ ਗੱਡੀ ਨੇ ਹੈਪੀ ਮੁੰਡੀਆਂ ਹਰਸ਼ ਮੁੰਡੀਆਂ ਨਾਲ ਬੜਾ ਭੱਜਿਆ ਤਾਂ ਸੁੱਖਾ ਨਾਗਰਾ ਗੋਲੂ ਯੋਧਾ ਪਹਿਲਾ ਹੀ ਪਿੰਦਰ ਸਿੰਘ ਬੱਸੀਆਂ 27-47 ਅੱਜ ਵੀ ਤਾਂ ਮੈਂ ਪੁੱਛਿਆ ਨੌਜਵਾਨਾਂ ਨੂੰ ਵੀ ਬੱਚੇ ਉਹ ਦੋਵੇਂ ਇਕੱਠੇ ਆ ਅੱਜ ਵੀ ਖੇਡ ਦੇ ਵਿੱਚ ਜੇ ਥਾਰ ਦੇਖੋ ਥੋੜੇ ਭਾਗਾਂ ਦੀ ਹੈ ਐਂ ਨਾਪ ਤੋਲ ਕੇ ਇਨਸਾਫ ਕਰਾਂਗੇ ਨਾਪ ਤੋਲ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਭੱਜ ਕੇ ਜਿੱਤਣਗੇ ਜਿਹੜੇ ਜਿੱਤਣਗੇ ਮਿੱਤਰੋ ਤੁਹਾਡੀ ਆਵਾਜ਼ ਕਹੂਗੀ ਦਰਸ਼ਕ ਵੀਰੋ ਵੀ ਹਾਂ ਬਹੁਤ ਜਿੱਤੇ ਫਿਰ ਜਿੱਤ ਹਾਂਜੀ ਬਾਈ ਪਹਿਲਾਂ ਹੀ 75 ਸਿੰਘ ਲੋਹਾਰੀ ਟਾਈਮ 29:44 75 ਸਿੰਘ ਲੋਹਾਰੀ 29:44 24-60 ਜੀ 24 ਸੈਕਿੰਡ 60 ਪੁਆਇੰਟ ਦਾ ਸਮਾਂ 50 ਜਮਾਂ 10 60 ਘਰ ਸਮ ਹਾਲੇ ਨੀਟੇ ਦਾ ਹੀ ਹੈ 24-19 ਦਾ ਨੀਟਾ ਸਮਰਾਲਾ ਹਾਲੇ ਵੀ ਪੂਰਾ ਖੜਿਆ ਬੈਠਾ ਉਹਨਾਂ ਦਾ ਇਹ ਜਿਉਂਦੀ ਜ਼ਿੰਦਗੀ ਦੇ ਮੈਂ ਗੱਲ ਕਰਦਾ ਤਾਂ ਮੇਲ ਹੈ ਮਿੱਤਰੋ ਜਿਉਂਦੀ ਜ਼ਿੰਦਗੀ ਦੇ ਮੇਲ ਗੇਲ ਹੁੰਦੇ ਮਰੇ ਹੋਇਆਂ ਦੀ ਢੋਲੇ ਨਿਸ਼ਾਨੀਆਂ ਨੂੰ ਸੋਹਣੀ ਜ਼ਿੰਦਗੀ ਐਸ਼ ਬਹਾਰ ਕਰਦੀ ਖਾਂਦੀ ਪੀਂਦੀ ਤੇ ਪਹਿਨਦੀ ਗਾਨੀਆਂ ਨੂੰ ਮਨਾ ਤੈਂ ਵੀ ਇੱਕ ਦਿਨ ਮੁੱਕ ਜਾਣਾ ਹੈ ਛੱਡਦੇ ਕਰਨੀਆਂ ਮਨਮਾਨੀਆਂ ਨੂੰ ਆਸਾ ਰਾਮ ਨਾ ਬੋਲਦਾ ਝੂਠ ਲੋਕੋ ਛੱਡ ਜਾਣਾ ਚੀਜ਼ਾਂ ਬਗਾਨੀਆਂ ਨੂੰ ਇਹ ਸਰੀਰ ਵੀ ਆਪਣਾ ਨਹੀਂ ਜਿਹੜਾ ਆਪਾਂ ਨਹੀਂ ਫਿਰਦੇ ਇਹ ਵੀ ਕਿਰਾਏ ਦਾ ਮਕਾਨ ਹੈ ਇਹਦੇ 'ਚ ਭੌਰ ਹੈ ਜਾਂ ਡਾਰੀ ਮਾਰ ਗਿਆ ਪਿੱਛੇ ਦੇ ਭਾਈ ਖਾਲੀ ਮਕਾਨ ਰਹਿ ਗਿਆ ਤੂੰ ਆਪਣਾ ਹੈ ਕਿ ਇੱਥੇ ਕੱਖ ਵੀ ਨਹੀਂ ਤਿਆਰੀ ਭਾਈ ਪਹਿਲਾਈ ਮਨਪ੍ਰੀਤ ਸਿੰਘ ਪਿੰਡ ਨੰਮੇ 24-60 ਇਹ ਮਾਣੂਕੇ ਦੇ ਨੇੜੇ ਪਿੰਡ ਹੈ ਲੰਮੇ ਮਨਪ੍ਰੀਤ ਸਿੰਘ ਲੰਮੇ ਵਾਹ ਜੀ ਵਾਹ ਜੀ ਤੇ ਗੁਰਸ਼ਰਨ ਨਹੀਂ ਤਾਂ ਸਾਡੇ ਵੀਰ ਆਏ ਹੋਏ ਗੁਰਦੀਪ ਸਿੰਘ ਠੋਲੀ ਧੌਲ ਮਾਜਰਾ ਗੁਰਸ਼ਰਨ ਸਿੰਘ ਉਟਾਲਾ ਕੈਨੇਡਾ ਵੇਤਨਵਾਦੀ ਹੈ ਛੋਟੇ ਭਾਈ ਬੜੀ ਮਿਹਰਬਾਨੀ ਜੀ 38-68 ਇਹ ਜੰਟੀ ਆ ਕੇ ਕਰਾਲੀ ਵਾਲਾ ਜਿਹੜਾ ਭਜਾ ਕੇ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਵੇ ਵਾਚੇ ਰੋ ਨਹੀਂ ਸਾਂ ਭਾਗ ਲਾ ਤੇ ਸਾਡੀ ਧਰਤੀ ਨੂੰ ਭਾਗ ਤੁਸੀਂ ਜਿਉਂਦੇ ਰਹੋ ਮਿੱਤਰੋ ਬੜੀ ਮਿਹਰਬਾਨੀ ਗੁਰਸ਼ਰਨ ਸਿੰਘ ਉਟਾਲਾ ਕੈਨੇਡਾ ਗੁਰਦੀਪ ਸਿੰਘ ਠੋਲੀ ਧੌਲ ਮਾਜਰਾ ਤਿਆਰੀ ਆ ਭਾਈ ਤਿਆਰੀ ਆ ਜੀ ਦੂਜੀ ਸ਼ਿਫਟ ਵਾਲੇ ਵੀਰੋ ਤੁਹਾਨੂੰ ਪਹਿਲਾ ਸੱਦਾ ਨਾਲੇ ਦੂਜਾ ਸੱਦਾ ਆਖਰੀ ਸੱਦਾ ਬੜੀ ਜਲਦੀ ਦੇ ਦੇਣਾ ਆਪਣੀ ਤਿਆਰੀ ਕਰ ਲਓ ਚਾਹ ਪਾਣੀ ਦੇਣਾ ਜਿਹੜਾ ਦੇ ਦਿਓ ਨੇੜੇ ਹੋ ਜਾਓ ਆਪਣੇ ਬੱਚਿਆਂ ਦੇ ਬਹੁਤ ਜਲਦੀ ਥੋੜੇ ਸਮੇਂ ਦੇ ਵਿੱਚ ਹੀ ਆ ਸੱਦਾ ਆ ਜਾਣਾ ਤੁਹਾਨੂੰ ਨੇੜੇ ਹੋ ਆਪਣੇ ਬੱਚਿਆਂ ਦੇ ਠੋਕਰਾਂ ਹੋਈ ਜਾਣ ਜਿੰਨੇ ਬੱਚੇ ਜਾਣ ਫਾਲਤੂ ਠੋਕਰ ਗਈ ਸਾਨੂੰ ਕੋਈ ਇਤਰਾਜ਼ ਨਹੀਂ ਲੈ ਜਾਓ ਪਰ 1100 ਰੁਪਏ ਨਾਲ ਰੱਖਿਓ ਕੋਲ ਆਪਣੇ ਤਿਆਰੀ ਆ ਭਾਈ ਭਾਈ ਉਹ ਛੜਾਈ ਗਲਤ ਕਹਿੰਦੇ ਕਰਾਈ ਜਾਂਦੇ ਇੰਡੀ ਜਗ੍ਹਾ ਕੰਬਦੀ ਯਾਰ ਕਮਾਲ ਦੀ ਗੱਲ ਹੈ ਗੁਡਵਾਨ ਰੁਕੀ ਜਾਂਦਾ ਫਿਰ ਲਹਿਰਾ ਵੀ ਕੱਢਤਾ ਉਹ ਤਰਤੀਬ ਨਾਲ ਛੱਡੋ ਮਿਲ ਕੇ ਛੱਡੋ ਦੋਹਾਂ ਨੂੰ ਇਕੱਠੇ ਕਰਕੇ ਇੱਕ ਅੱਧਾ ਪਹਿਲਾਂ ਹੀ ਛੱਡ ਕੇ ਪਰਾਂ ਹੋ ਜਾਂਦਾ ਐਂ ਨਹੀਂ ਜਿੱਤੋਂ ਆਏ ਕਰਦੇ ਜਿੱਤਣਾ ਜ਼ਿਆਦਾ ਹੈ ਜਦ ਇਹਨਾਂ ਨੇ ਬਾਛੜ ਮੰਗਣ ਪੈਣਾ ਥੋ ਤੇ ਦੋਹਾਂ ਨੇ ਚਲ ਬਈ ਚੱਲ ਕਰ ਪਾਰ ਇਹਨਾਂ ਨੂੰ ਕਹਿ ਦੇ ਭਾਈ ਦੋਵੇਂ ਇਕੱਠੇ ਛੱਡਿਆ ਕਰੋ ਅੱਗੇ ਪਿੱਛੇ ਛੱਡੀ ਜਾਂਦੇ
ਕੱਚਾ ਡੈਮ 45-40 ਹੈ ਜੀ, ਕੱਚਾ ਜੀ। ਭਾਜੀ ਬਸ ਸਰਦਾਰ ਸੁੱਚਾ ਸਿੰਘ ਹੁਣੇ ਵੀ ਪਹੁੰਚੇ ਹੋਏ ਆ ਭਾਈ, ਧੰਨਵਾਦ ਕਰਦੇ ਹਾਂ। ਢੋਲਣ ਵੱਜ ਰਹੀ ਹੈ, ਲੰਘ ਜਾਓ ਜੀ, ਲੰਘ ਜਾਓ। ਸਰਦਾਰ ਸੁੱਚਾ ਸਿੰਘ ਅਤੇ ਉਹਨਾਂ ਦੇ ਸਾਥੀ ਇੱਧਰ ਆ ਜਾਓ, ਲੰਘ ਜਾਓ ਤੁਸੀਂ ਵੀ, ਲੰਘ ਜਾਓ, ਲੰਘ ਜਾਓ, ਪਾਰ ਹੋ ਜਾਓ, ਤੁਸੀਂ ਵੀ ਲੰਘਦਾਰ ਹੋ ਜਾਓ, ਪੱਛੇ ਜੁੜ ਗਏ, ਦੂਜੇ ਪਾਸੇ ਹੋ ਜਾਓ ਜੀ, ਪੱਛੇ ਜੁੜ ਗਏ, ਬਾਹਰ ਹੋ ਜਾਓ ਜੀ ਰਾਹ 'ਤੇ। ਸਰਦਾਰ ਸੁੱਚਾ ਸਿੰਘ ਜੀ, ਆ ਗਈ ਭਾਈ, ਭਾਈ ਆਏ ਨਾ ਕਰੋ ਤੁਸੀਂ, ਪਰਤੀਆਂ ਤੂੜਾ, ਬੱਲੇ ਬੱਲੇ, ਲੈਣੇ ਜਾਣ ਵਾਲੇ ਜਾਣਾ ਨੀ ਬੱਚੇ, ਹਲੇ ਚਲ ਜਾਓ, ਕੋਈ ਨੀ, ਕੋਈ ਨੀ ਹੁੰਦਾ। ਲਓ ਜੀ ਦੂਜੀ ਸ਼ਿਫਟ ਵਾਲੇ ਵੀਰੋ, ਤੁਸੀਂ ਵੀ ਜਿੰਨੀਆਂ ਗੱਡੀਆਂ ਹੁਣ ਤੱਕ ਐਂਟਰ ਹੋ ਗਈਆਂ ਸਾਰੀਆਂ ਚਲੇ ਜਾਣ ਜੀ, ਜਿੰਨੀਆਂ ਗੱਡੀਆਂ ਹੁਣ ਤੱਕ ਐਂਟਰ ਹੋ ਗਈਆਂ ਸਾਰੀਆਂ ਚਲੇ ਜਾਣ, ਤੀਜੀ ਸ਼ਿਫਟ 'ਚ ਸਾਰੀਆਂ ਭੇਜ ਦਾਂਗੇ। ਆਹ ਫੋਟੋਆਂ ਜਿਹਨਾਂ ਨੇ ਸਾਈ ਸਟੂਡੀਓ 'ਤੇ ਤਿਆਰ ਕਰਾਈਆਂ ਉਹ ਪਿੱਛਾ ਲੈ ਲੈਣ, ਰੱਸਿਆਂ ਕੋਲ ਪਈਆਂ ਕਾਲੇ ਕੋਲ, ਨਾਲੇ ਰੱਸਾ ਖਰੀਦ ਲਈ ਕਰਦਾ, ਨਾਲੇ ਭਾਈ ਫੋਟੋਆਂ ਲੈ ਜਾਓ ਆਪਣੀਆਂ, ਜਿਹਨਾਂ ਨੇ ਤਿਆਰ ਕਰਾਉਣੀ ਇਹਨਾਂ ਨੂੰ ਮਿਲਿਆ ਕਰੋ। ਭਾਜੀ ਬਾ ਭਾਈ ਹਾਕਮ ਸਿੰਘ ਛੰਨਾ, ਕਾਲੇ ਉਹਨਾਂ ਨੇ ਪਾਈਆਂ ਧਮਾਲਾਂ ਇਹਨਾਂ ਦੇ ਨੇ, ਉਹੀ ਪਹੁੰਚੇ ਨੇ, ਧੰਨਵਾਦ ਕਰਦੇ ਹਾਂ, ਬੜੀ ਮਿਹਰਬਾਨੀ। ਪੋਲੇ ਉਹਨੇ ਮੁਕੜਾਉਣਾ, ਸਰਪੰਚ ਸੁਰਿੰਦਰ ਸਿੰਘ ਮੁਕੜਾਉਣਾ, ਮੈਂ ਗੱਲ ਕਰਦਾ ਤਾਂ ਬਾਈ ਸੁਰਮੁਖ ਸਿੰਘ ਮੁਕੜਾਉਣਾ ਨੇ 31,000 ਰੁਪਇਆ ਦਿੱਤਾ ਤਾਂ ਖੇਡ ਦੇ ਵਿੱਚ, 31,000 ਰੁਪਇਆ ਬਹੁਤ ਵੱਡੀ ਸਹਾਇਤਾ ਹੁੰਦੀ ਹੈ ਮਿੱਤਰੋ। ਅੱਜ ਸਾਡੀ ਖੇਡ ਦਾ ਅਧਿਕਾਰੀ ਸਰਦਾਰ ਬੰਤਾ ਸਿੰਘ ਹੋਰਾਂ ਨੇ, ਸਰਦਾਰ ਗੁਰਜਿੰਦਰ ਸਿੰਘ ਹੋਰਾਂ ਨੇ ਕੀਤਾ, ਉਹਨਾਂ ਨੇ ਵੀ ਬਹੁਤ ਵੱਡਾ ਮਾਣ ਸਨਮਾਨ ਮੇਲੇ ਨੂੰ ਦਿੱਤਾ, ਧੰਨਵਾਦ ਕਰਦੇ ਹਾਂ। ਧੰਨਵਾਦੀਆਂ ਸੀ ਹੈਪੀ ਧਮੋੜ ਦੇ, ਹੈਪੀ ਮਹਿਤੋਬ ਦੇ, ਸੁੱਖਾ USA ਦੇ, ਉਹਨਾਂ ਦਾ ਵੀ ਧੰਨਵਾਦ ਕਰਦੇ ਆਪਣੇ ਵੀਰਾਂ ਦਾ। ਕਿੰਦ ਆ ਸਾਡੇ ਕਿੰਦ ਛੋਟਾ ਵੀਰ USA ਤੋਂ, ਹਾਂ ਸੁੱਖੋ ਮਾਜਰਾ, ਲਓ ਜੀ ਕਿੰਦ ਸੁੱਖੋ ਮਾਜਰਾ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਈ, ਬੜੀ ਮਿਹਰਬਾਨੀ। ਅਸੀਂ ਤਾਂ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਜਿਹੜੇ ਬਾਹਰ ਬੈਠੇ ਹੋ, ਭਾਈ ਸੁੱਖਾ ਨਾਗਰਾ, ਗੋਰੂ ਜੋਧਾ, ਕਰਮਜੀਤ ਕੰਮਾ ਬਲਾਲਾ, ਚਮਸ਼ੇਰ ਸਿੰਘ ਮੀਮਸਾ, ਸੁਲੱਖਣ ਸੋਢੀ, ਕਿਸ਼ਨਪੁਰ ਦੁਆਬਾ, ਕਾਸ਼ਦੀਪ ਬਰਬਾਲਾ, ਬਾਈ ਬਿੰਦਰ ਬੀਰ ਵੀ ਦੇ ਭਰਾ ਵੀ ਬਾਹਰ ਬੈਠੇ ਨੇ, ਉਹ ਵੀ ਜ਼ਰੂਰ ਤੱਕਦੇ ਹੋਣਗੇ, ਉਮੀਦ ਹੈ ਵੀ ਖੇਡ ਮੇਲਾ ਅੱਜ ਦਾ, ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਈ। ਬੀਰ ਵੀ ਤੋਂ ਛੋਟੇ ਵੀਰ ਦਾ, ਬਿੰਦਰ ਬੀਰ ਵੀ ਦੇ ਭਰਾ, ਉਹ ਵੀ ਬਾਹਰ ਨੇ, ਸੋ ਬੜੀ ਮਿਹਰਬਾਨੀ। ਧਮੋਟੀਏ ਬਿੱਟੂ ਹੋਣੀ, ਜਗਤ ਪ੍ਰੀਏ ਹਿੰਮਤ ਹੋਣੀ, ਪੱਪੂ ਹੋਣੀ, ਤਾਂ ਸਰਬਣ ਸਿੰਘ ਕੈਨੇਡੀਅਨ, ਇਹ ਸਾਰੇ ਬਾਹਰ ਬੈਠੇ ਵੀ ਜਿਹੜੇ ਬਾਹਰ ਦੇ ਮਿੱਤਰੋ, ਖੁਸ਼ੀ ਦੀ ਇਹ ਗੱਲ ਸਾਡੇ ਇੱਧਰ ਭੱਜਦੇ ਆ, ਉਹਨਾਂ ਦੇ ਹੁਣ ਦੇ ਪਰਿਵਾਰਾਂ ਦੇ, ਹੁਣ ਦੇ ਸਹਿਯੋਗੀ ਸੱਜਣਾਂ ਦੇ ਨਾਲ ਬੋਰਡ ਦੇ ਇੱਧਰ ਭੱਜਦੇ। ਏਕਮ ਸਿੰਘ ਹਰਸ਼ ਦੇ ਛੋਟੇ ਭਰਾ, 100 ਰੁਪਇਆ ਸਪੈਸ਼ਲ ਨਾਮ ਦਿੰਦੇ ਏਕਮ, ਮਾਂ ਏਕਮ ਨਹੀਂ ਰਿਸ਼ਤਾ ਤੇਰੀਆਂ ਨਾਂ ਬਈ ਬੱਚਿਆਂ ਦੇ, ਬਾਕੀ ਵਧੀਆ ਹੈ, ਹਰਸ਼ ਏਕਮ ਬਹਿਗੁਰੂ ਲੰਬੀ ਉਮਰ ਬਖਸ਼ੇ, ਇਹ ਬੱਚਾ ਮਾਣ ਭੇਜਦਾ ਹੈ ਏਕਮ, ਮੈਂ ਧੰਨਵਾਦੀ ਹਾਂ ਏਕਮ ਦਾ, ਬੜੀ ਮਿਹਰਬਾਨੀ, ਅਜੀਜ਼ ਹੈ ਸਾਡਾ, ਸੋ ਧੰਨਵਾਦ ਕਰਦਾ ਜੀ ਏਕਮ। ਬਹੁਤ ਵੱਡੇ ਵੱਡੇ ਅਹੁਦੇ ਤੈਨੂੰ ਦਵੇ ਮੇਰਾ ਮਾਲਕ, ਹਾਂ ਬੱਲੇ ਬੱਲੇ ਬਿੱਲਾ ਹਵਾਰਾ, ਕੱਲ੍ਹ ਵਾਲੀਬਾਲ ਖੇਡਦੇ ਤੇ ਪਤੰਦਰ ਬੜੀ ਵਧੀਆ ਖੇਡਦਾ ਮੁੰਡਾ, ਵੀ ਦੇਖ ਕੇ ਬੜੀ ਖੁਸ਼ੀ ਹੋਈ, ਇੱਦਾਂ ਖਿਡਾਰੀ ਵੀ ਬਣੋ। ਇਹ ਦੂਜੀ ਸ਼ਿਫਟ ਹੈ, ਜਾਂਦੀ ਆ ਪਰਮਸਰ ਦੀ ਮੰਡੀ, ਇਹ ਬੱਬੂ ਉਹਨੇ ਜਾਂਦੇ ਆ ਵਿਦੇਸ਼ਾਂ ਵਾਲੇ, ਬਾਈ ਪਾਲ ਸਿੰਘ ਹੋਣੀ ਫਤਿਹ ਪ੍ਰੀਏ, ਦੇਖਦੇ ਆ ਕਿਆ ਕਹਿੰਦੀ ਆ ਖੇਡ ਭਾਈ। ਕਰਨਵੀਰ ਸਿੰਘ ਮੱਲਾਂ ਵੇਦੀਆਂ ਦੁਆਬਾ, ਗਿਆਨੀ ਕਰਨਵੀਰ ਸਿੰਘ ਮੱਲਾਂ ਵੇਦੀਆਂ, ਰੂਹ ਭਰ ਜਾਂਦੀ ਆ ਮਿੱਤਰੋ ਜਦੋਂ ਨਾਂ ਲਈਦਾ, ਬੜੀ ਮਨ ਨੂੰ ਖੁਸ਼ੀ ਹੁੰਦੀ ਹੈ। ਦੁਆਬੇ ਵਾਲੇ ਮੂਸਾ ਪ੍ਰੀਏ, ਮੁਕੜੋ ਨਹੀਂ, ਜਦੋਂ ਬੱਚਿਆਂ ਦੀਆਂ ਦੌੜਾਂ ਕਰਾਈਆਂ ਪਹਿਲਾ ਨੰਬਰ ਕਰ ਗਏ ਤੇ, ਗਿਆਨੀ ਕਰਨਵੀਰ ਸਿੰਘ ਮੱਲਾਂ ਵੇਦੀਆਂ,
ਭਮਾਲਾ ਜਾਂਦਾ ਜੀ ਦਲਜੀਤ ਸਿੰਘ ਉਹਨਾਂ ਦੇ ਭਮਾ ਤੋਂ ਕੱਲ ਇਹਨਾਂ ਨੇ ਪਹਿਲਾ ਨੰਬਰ ਕਰਿਆ ਹੈ ਬੋਰਡਾਂ ਦੇ ਵਿੱਚ ਨਾਲ ਬੋਰਡ ਭੱਜਿਆ ਦਾ ਸਰਪੰਚ ਨਰਿੰਦਰ ਸਿੰਘ ਉਹਨਾਂ ਦਾ ਕਾਈ ਨੌਰੀਆ ਜਿਹੜਾ ਹੁਣੇ ਬੋਲ ਲਿਆ ਉਹਨੇ ਸਤਿ ਸ਼੍ਰੀ ਅਕਾਲ ਜੀ ਕੇਵਲ ਜੀ ਸਤਿਆਣਾ ਧੰਨਵਾਦ ਜੀ ਇਹਦੇ ਸਾਡੇ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਬਗਲੀ ਕਲਾਂ ਇਹ ਪਰਿਵਾਰ ਵੀ ਪੁਰਾਣਾ ਘਲਾਟੀਆ ਹੈ ਉਹ ਵੀ ਪਹੁੰਚੇ ਹੋਏ ਨੇ ਬਾਈ ਹਰਨੇਕ ਸਿੰਘ ਮੌਲੀ ਬਾਇਦਬਾਨ ਧੰਨਵਾਦ ਕਰਦੇ ਹਾਂ ਬਈ ਬੜੀ ਮਿਹਰਬਾਨੀ ਬੱਲੇ 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 ਬਾਈ ਰਣਤੀਰ ਸਿੰਘ ਲਿਆਏ ਹੈ